ਹੈਲੋ ਜੀ, ਵੈਲਕਮ, ਸਵਾਗਤ ਹੈ ਤੁਹਾਡਾ ਸਭ ਦਾ ਆਪਣੇ ਚੈਨਲ ਸਟੱਡੀ ਔਨਲਾਈਨ 'ਤੇ। ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਹੈ ਜੀ, ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ, ਲਿੰਕ ਨੂੰ ਕਰ ਦਿਉ ਸ਼ੇਅਰ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ। ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਜੀ ਦੋ ਅਗਲੇ ਨਾਟਕਕਾਰ ਅਤੇ ਇਕਾਂਗੀਕਾਰ, ਡਾਕਟਰ ਹਰਚਰਨ ਸਿੰਘ ਅਤੇ ਬਲਵੰਤ ਗਾਰਗੀ। ਸੋ ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ, ਲਿੰਕ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਅਤੇ ਵੱਧਦੇ ਹਾਂ ਜੀ ਪ੍ਰਸ਼ਨ ਨੰਬਰ 1 ਦੇ ਵੱਲ। ਅੱਜ ਦਾ ਪਹਿਲਾ ਕੁਸ਼ਚਨ ਹੈ ਜੀ, ਹਰਚਰਨ ਸਿੰਘ ਦਾ ਜਨਮ ਕਦੋਂ ਹੋਇਆ? ਆਪਸ਼ਨ ਹੈ ਜੀ 1912, ਬੀ 1914, ਸੀ 1916, ਡੀ 1918। ਪ੍ਰਸ਼ਨ ਨੰਬਰ 1 ਲਈ ਆਂਸਰ ਚੁਣਿਆ ਜਾਵੇ, ਹਰਚਰਨ ਸਿੰਘ ਦਾ ਜਨਮ ਕਦੋਂ ਹੋਇਆ? ਸਹੀ ਉੱਤਰ ਚੁਣੋ 1 ਨੰਬਰ ਦੇ ਲਈ। ਹਾਂਜੀ, ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਪ੍ਰਸ਼ਨ ਨੰਬਰ 1 ਦੇ ਲਈ, 1914। ਹਰਚਰਨ ਸਿੰਘ ਦਾ ਜਨਮ ਹੋਇਆ ਜੀ 1914 ਦੇ ਵਿੱਚ। ਜਿਨ੍ਹਾਂ ਨੇ ਆਂਸਰ ਕਰਿਆ ਹੈ ਆਪਸ਼ਨ ਬੀ, ਸਭ ਦਾ ਹੈ ਬਿਲਕੁਲ ਠੀਕ। ਕੁਸ਼ਚਨ ਨੰਬਰ 2 ਵੱਲ ਵੱਧਦੇ ਹਾਂ। 2 ਨੰਬਰ ਕੁਸ਼ਚਨ ਹੈ ਜੀ, PhD ਦੀ ਡਿਗਰੀ ਕਿਸ ਉੱਪਰ ਖੋਜ ਕਰਕੇ ਹਾਸਲ ਕੀਤੀ? ਹਾਂਜੀ, ਹਰਚਰਨ ਸਿੰਘ ਨੇ PhD ਦੀ ਡਿਗਰੀ ਕਿਸ ਵਿਸ਼ੇ ਉੱਪਰ ਖੋਜ ਕਰਕੇ ਹਾਸਲ ਕੀਤੀ? ਆਪਸ਼ਨ ਏ ਪੰਜਾਬੀ ਕਹਾਣੀ, ਬੀ ਪੰਜਾਬੀ ਇਕਾਂਗੀ ਅਤੇ ਨਾਟਕ, ਸੀ ਪੰਜਾਬੀ ਸਾਹਿਤ, ਅਤੇ ਡੀ ਪੰਜਾਬ ਵਿੱਚ ਨਾਟਕ ਪਰੰਪਰਾ। ਪ੍ਰਸ਼ਨ ਨੰਬਰ 2 ਲਈ ਸਹੀ ਉੱਤਰ ਚੁਣਿਆ ਜਾਵੇ। 2 ਨੰਬਰ ਲਈ ਆਂਸਰ ਕਰਿਆ ਜਾਵੇ, ਕਿਸ ਵਿਸ਼ੇ ਉੱਤੇ PhD ਦੀ ਡਿਗਰੀ ਕੀਤੀ ਹਰਚਰਨ ਸਿੰਘ ਨੇ? ਹਾਂਜੀ, ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਹੈ ਆਪਸ਼ਨ ਡੀ, ਬਿਲਕੁਲ ਠੀਕ ਹੈ। ਬਾਕੀ ਕਰਨ ਜੀ ਨੋਟ ਡਾਊਨ, ਜਿਨ੍ਹਾਂ ਨੇ ਡੀ ਤੋਂ ਸਿਵਾਏ ਕੋਈ ਹੋਰ ਆਂਸਰ ਕਰਿਆ ਹੈ। ਕੁਸ਼ਚਨ ਨੰਬਰ 3 ਵੱਲ ਵੱਧਦੇ ਹਾਂ ਜੀ। 3 ਨੰਬਰ ਕੁਸ਼ਚਨ ਹੈ, ਹਰਚਰਨ ਸਿੰਘ ਨੇ ਜ਼ਿਆਦਾ ਨਾਟਕ ਕਿਹੜੇ ਲਿਖੇ? ਆਪਸ਼ਨ ਏ ਸੁਖਾਂਤਕ, ਬੀ ਦੁਖਾਂਤਕ। ਪ੍ਰਸ਼ਨ ਨੰਬਰ 3 ਲਈ ਸਹੀ ਆਂਸਰ ਕਰੋ ਜੀ। 3 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ, ਹਰਚਰਨ ਸਿੰਘ ਨੇ ਜ਼ਿਆਦਾਤਰ ਨਾਟਕ ਕਿਸ ਤਰ੍ਹਾਂ ਦੇ ਲਿਖੇ ਨੇ? ਦੁਖਾਂਤਕ ਲਿਖੇ ਗਏ ਹੈ ਜ਼ਿਆਦਾਤਰ ਨਾਟਕ। ਸੋ ਜਿਨ੍ਹਾਂ ਨੇ ਆਂਸਰ ਕਰਿਆ ਹੈ ਆਪਸ਼ਨ ਬੀ, ਸਭ ਦਾ ਹੈ ਸਹੀ। ਕੁਸ਼ਚਨ ਨੰਬਰ 4 ਵੱਲ ਵੱਧਦੇ ਹਾਂ ਜੀ। 4 ਨੰਬਰ ਹੈ, ਦੇਸ਼ ਵੰਡ ਤੋਂ ਬਾਅਦ ਦਿੱਲੀ ਆ ਕੇ ਕਰੋਲ ਬਾਗ ਦੇ ਵਿੱਚ ਕਿਹੜਾ ਕਾਲਜ ਖੋਲ੍ਹਿਆ ਗਿਆ ਹਰਚਰਨ ਸਿੰਘ ਜੀ ਦੁਆਰਾ? ਆਪਸ਼ਨ ਏ ਹੈ ਜੀ ਖਾਲਸਾ ਕਾਲਜ, ਬੀ ਨੈਸ਼ਨਲ ਕਾਲਜ, ਸੀ ਈਸਟ ਪੰਜਾਬ, ਡੀ ਕਾਲਜ ਆਫ ਪੰਜਾਬੀ ਲੈਂਗੁਏਜ। ਕੁਸ਼ਚਨ ਨੰਬਰ 4 ਲਈ ਸਹੀ ਉੱਤਰ ਚੁਣਿਆ ਜਾਵੇ, ਹਰਚਰਨ ਸਿੰਘ ਦੁਆਰਾ ਦੇਸ਼ ਵੰਡ ਤੋਂ ਬਾਅਦ ਦਿੱਲੀ ਆ ਕੇ ਕਰੋਲ ਬਾਗ ਵਿਖੇ ਕਿਹੜਾ ਕਾਲਜ ਖੋਲ੍ਹਿਆ ਗਿਆ ਜੀ? 4 ਨੰਬਰ ਦੇ ਲਈ ਜਿਨ੍ਹਾਂ ਦਾ ਆਂਸਰ ਆ ਰਿਹਾ ਈਸਟ ਪੰਜਾਬ ਨਾਂ ਦਾ ਕਾਲਜ ਖੋਲ੍ਹਿਆ, ਬਿਲਕੁਲ ਠੀਕ ਹੈ ਜੀ। ਹਰਚਰਨ ਸਿੰਘ ਦੁਆਰਾ ਈਸਟ ਪੰਜਾਬ ਨਾਂ ਦਾ ਕਾਲਜ ਦਿੱਲੀ ਦੇ ਕਰੋਲ ਬਾਗ ਵਿਖੇ ਖੋਲ੍ਹਿਆ ਗਿਆ। ਕੁਸ਼ਚਨ ਨੰਬਰ 5 ਹੈ ਜੀ, ਹਰਚਰਨ ਸਿੰਘ ਦੀ ਪਹਿਲੀ ਇਕਾਂਗੀ ਕਿਹੜੀ ਸੀ? ਆਪਸ਼ਨ ਏ ਗੰਗਾ ਰਾਮ, ਬੀ ਸਪਤ ਰਿਸ਼ੀ, ਸੀ ਜੀਵਨ ਲੀਲਾ, ਡੀ ਪੰਚ ਪ੍ਰਧਾਨ। ਕੁਸ਼ਚਨ ਨੰਬਰ 5 ਲਈ ਆਂਸਰ ਚੁਣਿਆ ਜਾਵੇ, ਪਹਿਲੀ ਇਕਾਂਗੀ ਪੁੱਛੀ ਗਈ ਹੈ ਹਰਚਰਨ ਸਿੰਘ ਦੀ, ਕਰੋ ਆਂਸਰ ਕੁਸ਼ਚਨ ਨੰਬਰ 5 ਦੇ ਲਈ। 5 ਨੰਬਰ ਲਈ ਜਿਹੜੇ ਆਂਸਰ ਕਰ ਰਹੇ ਨੇ ਗੰਗਾ ਰਾਮ, ਆਪਸ਼ਨ ਏ ਸਭ ਦਾ ਠੀਕ ਹੈ, ਬਾਕੀ ਨੋਟ ਕਰਨਗੇ ਜਿਨ੍ਹਾਂ ਨੇ ਗੰਗਾ ਰਾਮ ਤੋਂ ਸਿਵਾਏ ਕੋਈ ਹੋਰ ਆਂਸਰ ਕਰਿਆ ਹੈ। ਏ ਛੱਬੀ ਜੀ 1936 ਦੇ ਵਿੱਚ। ਕੁਸ਼ਚਨ ਨੰਬਰ 6, ਨਾਟਕ ਜਗਤ ਦਾ ਬਾਬਾ ਬੋਰਡ ਕਿਸ ਨੂੰ ਕਿਹਾ ਜਾਂਦਾ ਹੈ? ਆਪਸ਼ਨ ਏ ਗੁਰਚਰਨ ਸਿੰਘ, ਬੀ ਗੁਰਚਰਨ ਸਿੰਘ, ਸੀ ਹਰਚਰਨ ਸਿੰਘ, ਡੀ ਸੰਤ ਸਿੰਘ ਸੇਖੋਂ। ਹਾਂਜੀ, ਸਹੀ ਆਂਸਰ 6 ਨੰਬਰ ਲਈ ਚੁਣਿਆ ਜਾਵੇ, ਨਾਟਕ ਜਗਤ ਦਾ ਬਾਬਾ ਬੋਰਡ ਕਿਸ ਨੂੰ ਕਿਹਾ ਜਾਂਦਾ ਹੈ? 6 ਨੰਬਰ ਲਈ ਆਂਸਰ ਕਰਿਆ ਜਾਵੇ। ਸਾਹਿਤ, ਪੰਜਾਬੀ ਸਾਹਿਤ ਦਾ ਪੁੱਛਣ ਤਾਂ ਫਿਰ ਆਂਸਰ ਹੋਵੇਗਾ ਆਪਣਾ
ਬਸੰਤ ਸਿੰਘ ਸੇਖੋਂ, ਠੀਕ ਹੈ ਜੀ। ਪਰ ਇੱਥੇ ਨਾਟਕ ਜਗਤ ਦਾ ਪੁੱਛਿਆ ਹੈ, ਆਂਸਰ ਹਰਚਰਨ ਸਿੰਘ ਹੋਵੇਗਾ ਜੀ, ਸੀ ਆਪਸ਼ਨ। ਕੁਐਸਚਨ ਨੰਬਰ 7 ਵੱਲ ਵੱਧਦੇ ਹਾਂ ਜੀ। 7 ਨੰਬਰ ਏ, ਹਰਚਰਨ ਸਿੰਘ ਨੂੰ ਭਾਰਤੀ ਸਾਹਿਤ ਅਕਾਦਮੀ ਅਵਾਰਡ ਕਿਸ ਰਚਨਾ ਲਈ ਮਿਲਿਆ? ਆਪਸ਼ਨ ਏ ਕਮਲਾ ਕੁਮਾਰੀ, ਬੀ ਰਾਜਾ ਪੋਰਸ, ਸੀ ਰੱਤਾ ਸ਼ਾਲੂ, ਅਤੇ ਡੀ ਕੱਲ ਅੱਜ ਅਤੇ ਭਲਕੇ। ਕੁਐਸਚਨ ਨੰਬਰ 7 ਲਈ ਆਂਸਰ ਕਰਿਆ ਜਾਵੇ। 7 ਨੰਬਰ ਲਈ ਆਂਸਰ ਕਰੋ, ਸਾਹਿਤ ਅਕਾਦਮੀ ਅਵਾਰਡ ਕਿਹੜੀ ਰਚਨਾ ਦੇ ਲਈ ਹਰਚਰਨ ਸਿੰਘ ਨੂੰ ਦਿੱਤਾ ਗਿਆ? ਕਮਲਾ ਕੁਮਾਰੀ, ਰਾਜਾ ਪੋਰਸ, ਰੱਤਾ ਸ਼ਾਲੂ, ਕੱਲ ਅੱਜ ਅਤੇ ਭਲਕ। ਕੁਐਸਚਨ ਨੰਬਰ 7 ਲਈ ਜਿਨ੍ਹਾਂ ਨੇ ਆਂਸਰ ਕਰਿਆ ਹੈ ਆਪਸ਼ਨ ਡੀ, ਬਿਲਕੁਲ ਸਹੀ। ਕੁਐਸਚਨ ਨੰਬਰ 8 ਵੱਲ ਵੱਧਦੇ ਹਾਂ, ਹਰਚਰਨ ਸਿੰਘ ਨੂੰ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ? ਆਪਸ਼ਨ ਏ 1971, ਬੀ 1973, ਸੀ 1975, ਡੀ 1977। ਸਹੀ ਆਂਸਰ ਕਰੋ ਕੁਐਸਚਨ ਨੰਬਰ 8 ਲਈ, ਹਰਚਰਨ ਸਿੰਘ ਨੂੰ ਸਾਹਿਤ ਅਕਾਦਮੀ ਅਵਾਰਡ ਕਿਹੜੇ ਸਾਲ ਦਿੱਤਾ ਗਿਆ? ਪ੍ਰਸ਼ਨ ਨੰਬਰ 8 ਦੇ ਲਈ ਕੁਰੈਕਟ ਆਂਸਰ ਕਰਿਆ ਜਾਵੇ। 8 ਸਹੀ ਆਂਸਰ ਕਰਿਆ ਜਾਵੇ, ਕਦੋਂ ਮਿਲਿਆ ਹਰਚਰਨ ਸਿੰਘ ਨੂੰ ਸਾਹਿਤ ਅਕਾਦਮੀ ਅਵਾਰਡ, ਜਿਨ੍ਹਾਂ ਦਾ ਆਂਸਰ 1973 ਆ ਰਿਹਾ ਜੀ, ਸਭ ਦਾ ਠੀਕ ਹੈ। ਕੁਐਸਚਨ ਨੰਬਰ 9 ਦੇ ਵੱਲ ਵੱਧਦੇ ਹਾਂ ਜੀ, ਹਰਚਰਨ ਸਿੰਘ ਦਾ ਇਤਿਹਾਸਿਕ ਨਾਟਕ ਨਹੀਂ ਹੈ? ਆਪਸ਼ਨ ਏ ਰਾਜਾ ਪੋਰਸ, ਬੀ ਚਮਕੌਰ ਦੀ ਗੜੀ, ਸੀ ਸ਼ੋਭਾ ਸ਼ਕਤੀ, ਡੀ ਰਾਣੀ ਜਿੰਦਾ। ਕੁਐਸਚਨ ਨੰਬਰ 9 ਲਈ ਆਂਸਰ ਚੁਣੋ, ਹਰਚਰਨ ਸਿੰਘ ਦਾ ਇਤਿਹਾਸਿਕ ਨਾਟਕ ਨਹੀਂ ਹੈ, ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈ, ਕਰੋ ਆਂਸਰ ਕੁਐਸਚਨ ਨੰਬਰ 9 ਦੇ ਲਈ। 9 ਨੰਬਰ ਲਈ ਜਿਹੜੇ ਆਂਸਰ ਕਰ ਰਹੇ ਨੇ ਆਪਸ਼ਨ ਸੀ ਸ਼ੋਭਾ ਸ਼ਕਤੀ, ਬਿਲਕੁਲ ਠੀਕ ਆ, ਬਾਕੀ ਨੋਟ ਕਰਨਗੇ ਜਿਨ੍ਹਾਂ ਦਾ ਸੀ ਤੋਂ ਸਿਵਾਏ ਕੋਈ ਹੋਰ ਆਂਸਰ। ਕੁਐਸਚਨ ਨੰਬਰ ਨਾਂ ਤੋਂ ਹੀ ਪਤਾ ਲੱਗ ਜਾਂਦਾ ਇਸ ਤਰ੍ਹਾਂ ਦੇ ਕੁਐਸਚਨ ਤਾਂ। ਕੁਐਸਚਨ ਨੰਬਰ 10 ਏ, ਹਰਚਰਨ ਸਿੰਘ ਦਾ ਪਹਿਲਾ ਨਾਟਕ ਕਿਹੜਾ ਸੀ? ਆਪਸ਼ਨ ਏ ਗੰਗਾ ਰਾਮ, ਬੀ ਕਮਲਾ ਕੁਮਾਰੀ, ਸੀ ਰਾਜਾ ਪੋਰਸ, ਡੀ ਖੇਡਣ ਦੇ ਦਿਨ 4। ਕੁਐਸਚਨ ਨੰਬਰ 10 ਲਈ ਆਂਸਰ ਕਰੋ। ਹਾਂਜੀ, ਹਰਚਰਨ ਸਿੰਘ ਦਾ ਪਹਿਲਾ ਨਾਟਕ ਪੁੱਛਿਆ ਗਿਆ ਹੈ, ਕਰੋ ਜੀ ਆਂਸਰ ਕੁਐਸਚਨ ਨੰਬਰ 10 ਲਈ। 10 ਨੰਬਰ ਲਈ ਜਿਨ੍ਹਾਂ ਦਾ ਆਂਸਰ ਆ ਰਿਹਾ ਜੀ ਕਮਲਾ ਕੁਮਾਰੀ, ਸਭ ਦਾ ਠੀਕ ਹੈ। ਪਹਿਲਾ ਨਾਟਕ ਸੀ ਹਰਚਰਨ ਸਿੰਘ ਦਾ ਕਮਲਾ ਕੁਮਾਰੀ। ਕੁਐਸਚਨ ਨੰਬਰ 11, ਇਕਾਂਗੀ ਵਿੱਚ ਪਾਤਰਾਂ ਦੀ ਥਾਂ ਕਥਾਨਕ ਨੂੰ ਪ੍ਰਮੁੱਖਤਾ 'ਤੇ ਜ਼ੋਰ ਕਿਸ ਨੇ ਦਿੱਤਾ? ਆਪਸ਼ਨ ਏ ਗੁਰਸ਼ਰਨ ਸਿੰਘ, ਬੀ ਹਰਸ਼ਰਨ ਸਿੰਘ, ਸੀ ਹਰਚਰਨ ਸਿੰਘ ਅਤੇ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਐਸਚਨ ਨੰਬਰ 11 ਲਈ ਆਂਸਰ ਕਰੋ। ਪ੍ਰਸ਼ਨ ਨੰਬਰ 11 ਦੇ ਲਈ ਸਹੀ ਉੱਤਰ ਚੁਣਿਆ ਜਾਵੇ, ਕਿਸ ਨੇ ਕਥਾਨਕ ਨੂੰ ਪ੍ਰਮੁੱਖਤਾ ਵਧੇਰੇ ਦਿੱਤੀ ਪਾਤਰਾਂ ਦੀ ਬਜਾਏ? ਜਿਨ੍ਹਾਂ ਦਾ ਆਂਸਰ ਆ ਰਿਹਾ ਹਰਚਰਨ ਸਿੰਘ, ਬਿਲਕੁਲ ਠੀਕ ਆ। ਕੁਐਸਚਨ ਨੰਬਰ 12 ਵੱਲ ਵੱਧਦੇ ਹਾਂ, ਹਰਚਰਨ ਸਿੰਘ 'ਤੇ ਕਿਸ ਦੇ ਨਾਟਕਾਂ ਦਾ ਪ੍ਰਭਾਵ ਸੀ? ਆਪਸ਼ਨ ਏ ਆਈ ਸੀ ਨੰਦਾ, ਬੀ ਸੰਤ ਸਿੰਘ ਸੇਖੋਂ, ਸੀ ਕਪੂਰ ਸਿੰਘ ਘੁੰਮਣ, ਡੀ ਸ਼ੇਕਸਪੀਅਰ। ਕੁਐਸਚਨ ਨੰਬਰ 12 ਲਈ ਆਂਸਰ ਚੁਣਿਆ ਜਾਵੇ, ਹਰਚਰਨ ਸਿੰਘ 'ਤੇ ਕਿਸ ਦੇ ਨਾਟਕਾਂ ਦਾ ਪ੍ਰਭਾਵ ਸੀ? ਹਰਚਰਨ ਸਿੰਘ 'ਤੇ ਸੀ ਸ਼ੇਕਸਪੀਅਰ ਦੇ ਨਾਟਕਾਂ ਦਾ ਪ੍ਰਭਾਵ। ਸੋ ਆਪਸ਼ਨ ਡੀ ਹੋਵੇਗਾ ਕੁਰੈਕਟ ਆਂਸਰ, ਜਿਨ੍ਹਾਂ ਨੇ ਡੀ ਚੁਣਿਆ ਸਭ ਦਾ ਹੈ ਸਹੀ। 13 ਨੰਬਰ ਕੁਐਸਚਨ ਏ ਰਾਜਾ ਪੋਰਸ ਕਿਸ ਤਰ੍ਹਾਂ ਦਾ ਨਾਟਕ ਹੈ? ਆਪਸ਼ਨ ਏ ਇਤਿਹਾਸਿਕ, ਬੀ ਮਿਥਿਹਾਸਿਕ, ਸੀ ਦੋਵੇਂ ਅਤੇ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਐਸਚਨ ਨੰਬਰ 13 ਲਈ ਆਂਸਰ ਕਰੋ, ਕਿਸ ਪ੍ਰਕਾਰ ਦਾ ਨਾਟਕ ਹੈ ਰਾਜਾ ਪੋਰਸ? ਰਾਜਾ ਪੋਰਸ ਆ ਜੀ ਇਤਿਹਾਸਿਕ ਨਾਟਕ, ਈਜ਼ੀ ਕੁਐਸਚਨ ਆ, ਬਿਲਕੁਲ ਸਹੀ ਹੈ। ਜਿਹੜੇ 13 ਦੇ ਲਈ ਆਪਸ਼ਨ ਏ ਦੇ ਨਾਲ ਜਾ ਰਹੇ ਨੇ। ਕੁਐਸਚਨ ਨੰਬਰ 14, ਕਿਹੜੇ ਇਕਾਂਗੀ ਵਿੱਚ ਪੇਂਡੂ ਇਸਤਰੀਆਂ ਦੀ ਵਿੱਦਿਆ 'ਤੇ ਜ਼ੋਰ ਦਿੱਤਾ ਗਿਆ ਹੈ? ਆਪਸ਼ਨ ਏ ਪੰਜ ਗੀਟੜਾ, ਬੀ ਨਵਾਂ ਚਾਨਣ, ਸੀ ਜੀਵਨ ਲੀਲਾ, ਡੀ ਮੁੜਕੇ ਦੀ ਖੁਸ਼ਬੋ। ਕੁਐਸਚਨ ਨੰਬਰ 14 ਲਈ ਆਂਸਰ ਕਰੋ, ਕਿਹੜੇ ਇਕਾਂਗੀ ਵਿੱਚ ਪੇਂਡੂ ਇਸਤਰੀਆਂ ਦੀ ਵਿੱਦਿਆ 'ਤੇ ਜ਼ੋਰ ਦਿੱਤਾ ਗਿਆ ਹੈ? ਸਹੀ ਉੱਤਰ 14 ਨੰਬਰ ਲਈ ਕਰਿਆ ਜਾਵੇ।
14 ਨੰਬਰ ਦੇ ਲਈ ਜਿਨ੍ਹਾਂ ਦਾ ਵੀ ਆਨਸਰ ਆ ਰਿਹਾ ਨਵਾਂ ਚਾਨਣ। ਹਾਂਜੀ, ਨਵਾਂ ਚਾਨਣ ਜਿਨ੍ਹਾਂ ਦਾ ਆਨਸਰ ਆ ਰਿਹਾ ਬਿਲਕੁਲ ਠੀਕ ਆ। ਵਿੱਦਿਆ ਦੇ ਨਾਲ ਚਾਨਣ ਫੈਲਦਾ ਹੈ, ਠੀਕ ਹੈ ਜੀ। ਸੋ ਉਸ ਤਰ੍ਹਾਂ ਤੁਸੀਂ ਕੋਰਲੇਟ ਕਰ ਸਕਦੇ ਹੋ, ਆਪਦੇ ਅਕੋਰਡਿੰਗ ਮਾਇੰਡ 'ਚ ਸੈੱਟ ਕਰ ਲਵੋ ਤਾਂ ਕਿ ਭੁੱਲੇ ਨਾ। ਕੁਐਸਚਨ ਨੰਬਰ 15 ਹੈ ਜੀ, ਰਤਾ ਸ਼ਾਲੂ ਸੁਖਾਂਤਕ ਹੈ ਜਾਂ ਦੁਖਾਂਤਕ? ਆਪਸ਼ਨ ਹੈ ਦੁਖਾਂਤਕ, ਬੀ ਸੁਖਾਂਤਕ। ਸਹੀ ਉੱਤਰ ਕੁਐਸਚਨ ਨੰਬਰ 15 ਲਈ ਕਰਿਆ ਜਾਵੇ। ਹਾਂਜੀ, 15 ਨੰਬਰ ਲਈ ਆਨਸਰ ਚੁਣੋ, ਰਤਾ ਸ਼ਾਲੂ ਸੁਖਾਂਤਕ ਹੈ ਜਾਂ ਦੁਖਾਂਤਕ? ਇਹ ਹੈ ਜੀ ਦੁਖਾਂਤਕ। ਸੋ ਆਪਸ਼ਨ ਏ ਹੋਵੇਗਾ ਸਹੀ ਉੱਤਰ। ਕੁਐਸਚਨ ਨੰਬਰ 16 ਵੱਲ ਵੱਧਦੇ ਹਾਂ, ਕਿਸ ਇਕਾਂਗੀ ਵਿੱਚ ਜਗੀਰਦਾਰੀ ਸਮਾਜ ਦੀਆਂ ਰੁਚੀਆਂ ਨੂੰ ਨੰਗਾ ਕੀਤਾ ਗਿਆ ਹੈ? ਆਪਸ਼ਨ ਏ ਸਪਤ੍ਰਿਸ਼ੀ, ਬੀ ਪੰਜ ਪ੍ਰਧਾਨ, ਸੀ ਰਤਾ ਸ਼ਾਲੂ ਅਤੇ ਡੀ ਮੁੜਕੇ ਦੀ ਖੁਸ਼ਬੂ। ਕੁਐਸਚਨ ਨੰਬਰ 16 ਲਈ ਆਨਸਰ ਕਰੋ, 16 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ, ਕਿਸ ਇਕਾਂਗੀ ਦੇ ਵਿੱਚ ਜਗੀਰਦਾਰੀ ਸਮਾਜ ਦੀਆਂ ਰੁਚੀਆਂ ਨੂੰ ਨੰਗਾ ਕੀਤਾ ਹੈ? ਆਨਸਰ ਜਿਹੜੇ ਕਰ ਰਹੇ ਨੇ ਆਪਸ਼ਨ ਸੀ ਰਤਾ ਸ਼ਾਲੂ, ਕੋਰੈਕਟ ਆਨਸਰ ਹੋਵੇਗਾ ਸੀ ਆਪਸ਼ਨ। ਕੁਐਸਚਨ ਨੰਬਰ ਠੀਕ ਹੈ ਜੀ ਸੀ ਹੀ ਹੈ। ਕੁਐਸਚਨ ਨੰਬਰ 17 ਕਮਲਾ ਕੁਮਾਰੀ ਨਾਟਕ ਹੈ? ਆਪਸ਼ਨ ਏ ਸੁਖਾਂਤਕ, ਬੀ ਦੁਖਾਂਤਕ। 17 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ, ਪ੍ਰਸ਼ਨ ਨੰਬਰ 17 ਦੇ ਲਈ ਸਹੀ ਉੱਤਰ ਚੁਣੋ ਜੀ। ਹਾਂਜੀ, 17 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ, ਕਮਲਾ ਕੁਮਾਰੀ ਨਾਟਕ ਕਿਸ ਪ੍ਰਕਾਰ ਦਾ ਹੈ? ਸੋ 17 ਨੰਬਰ ਦੇ ਲਈ ਜਿਨ੍ਹਾਂ ਦਾ ਵੀ ਆਨਸਰ ਆ ਰਿਹਾ ਹੈ ਸੁਖਾਂਤਕ, ਸਭ ਦਾ ਸਹੀ ਉੱਤਰ ਹੋਵੇਗਾ। ਕੁਐਸਚਨ ਨੰਬਰ 18 ਵੱਲ ਵੱਧਦਿਆਂ, ਮਨ ਦੀਆਂ ਮਨ ਵਿੱਚ ਇਕਾਂਗੀ ਦਾ ਵਿਸ਼ਾ ਕੀ ਹੈ? ਆਪਸ਼ਨ ਏ ਵਿਧਵਾ ਵਿਆਹ, ਬੀ ਅਣਜੋੜ ਵਿਆਹ, ਸੀ ਬਾਲ ਵਿਆਹ ਅਤੇ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਐਸਚਨ ਨੰਬਰ 18 ਦੇ ਲਈ ਕੁਰੈਕਟ ਆਨਸਰ ਕਰਿਆ ਜਾਵੇ। ਹਾਂਜੀ, ਪ੍ਰਸ਼ਨ ਨੰਬਰ 18 ਦੇ ਲਈ ਆਨਸਰ ਕਰੋ, ਮਨ ਦੀਆਂ ਮਨ ਵਿੱਚ ਇਕਾਂਗੀ ਦਾ ਵਿਸ਼ਾ ਪੁੱਛਿਆ ਗਿਆ 18 ਨੰਬਰ ਦੇ ਲਈ, ਸਹੀ ਉੱਤਰ ਚੁਣਿਆ ਜਾਵੇ। 18 ਨੰਬਰ ਦੇ ਲਈ ਜਿਨ੍ਹਾਂ ਦਾ ਵੀ ਆਨਸਰ ਆ ਰਿਹਾ ਹੈ ਆਪਸ਼ਨ ਬੀ ਅਣਜੋੜ ਵਿਆਹ, ਮਨ ਦੀਆਂ ਮਨ ਵਿੱਚ ਇਕਾਂਗੀ ਦਾ ਵਿਸ਼ਾ ਹੈ ਜੀ ਅਣਜੋੜ ਵਿਆਹ, ਆਪਸ਼ਨ ਬੀ ਹੋਵੇਗਾ ਕੁਰੈਕਟ ਆਨਸਰ। ਕੁਐਸਚਨ ਨੰਬਰ 19 ਮੁੜਕੇ ਦੀ ਖੁਸ਼ਬੂ ਰਚਨਾ ਹੈ? ਆਪਸ਼ਨ ਏ ਰੋਮਾਂਟਿਕ, ਬੀ ਜੁਝਾਰਵਾਦੀ, ਸੀ ਪ੍ਰਗਤੀਵਾਦੀ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਐਸਚਨ ਨੰਬਰ 19 ਲਈ ਆਨਸਰ ਕਰਿਆ ਜਾਵੇ। ਹਾਂਜੀ, ਪ੍ਰਸ਼ਨ ਨੰਬਰ 19 ਦੇ ਲਈ ਆਨਸਰ ਕਰੋ, ਸਹੀ ਉੱਤਰ ਚੁਣਿਆ ਜਾਵੇ। 19 ਨੰਬਰ ਦੇ ਲਈ ਮੁੜਕੇ ਦੀ ਖੁਸ਼ਬੂ ਰਚਨਾ ਹੈ, ਕਿਸ ਪ੍ਰਕਾਰ ਦੀ ਰਚਨਾ ਹੈ? ਜਿਹੜੇ ਵੀ 19 ਨੰਬਰ ਦੇ ਲਈ ਆਪਸ਼ਨ ਸੀ ਆਨਸਰ ਕਰ ਰਹੇ ਨੇ, ਪ੍ਰਗਤੀਵਾਦੀ ਰਚਨਾ ਹੈ, ਸ਼ਬਦ ਹੈ ਬਿਲਕੁਲ ਸਹੀ ਆਨਸਰ। ਕੁਐਸਚਨ ਨੰਬਰ ਜਸਟ ਵੇਟ, ਮਾਰਕਰ ਕੰਮ ਨਹੀਂ ਕਰ ਰਿਹਾ ਜੀ। ਹਾਂਜੀ, ਜਿਨ੍ਹਾਂ ਦਾ ਆਨਸਰ ਆ ਰਿਹਾ ਪ੍ਰਗਤੀਵਾਦੀ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 20 ਵੱਲ ਵੱਧਦੇ ਹਾਂ, ਹਰਚਰਨ ਸਿੰਘ ਦੀ ਮਨੋਵਿਗਿਆਨਿਕ ਰਚਨਾ ਹੈ? ਆਪਸ਼ਨ ਏ ਮਨ ਦੀਆਂ ਮਨ ਵਿੱਚ, ਬੀ ਜ਼ਫਰਨਾਮਾ, ਸੀ ਸਰਹੰਦ ਦੀ ਕੰਧ ਅਤੇ ਡੀ ਉਪਰੋਕਤ ਸਾਰੀਆਂ। ਪ੍ਰਸ਼ਨ ਨੰਬਰ 20 ਦੇ ਲਈ ਆਨਸਰ ਚੁਣਿਆ ਜਾਵੇ, 20 ਨੰਬਰ ਦੇ ਲਈ ਸਹੀ ਉੱਤਰ ਚੁਣੋ, ਕਿਹੜੀ ਰਚਨਾ ਮਨੋਵਿਗਿਆਨਿਕ ਹੈ? ਕਰੋ ਜੀ ਫਟਾਫਟ ਆਨਸਰ। ਜਿਹੜੇ ਵੀ 20 ਨੰਬਰ ਦੇ ਲਈ ਉਪਰੋਕਤ ਸਾਰੀਆਂ ਹੀ ਆਨਸਰ ਕਰ ਰਹੇ ਨੇ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 21 ਪੁੰਨਿਆ ਦਾ ਚਾਨਣ ਕਿਸ ਤਰ੍ਹਾਂ ਦੀ ਰਚਨਾ ਹੈ? ਆਪਸ਼ਨ ਏ ਇਤਿਹਾਸਕ, ਬੀ ਮਿਥਿਹਾਸਕ। ਸਹੀ ਉੱਤਰ ਕੁਐਸਚਨ ਨੰਬਰ
21 ਲਈ ਚੁਣੋ ਜੀ। 21 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ। ਹਾਂਜੀ, ਪ੍ਰਸ਼ਨ ਨੰਬਰ 21 ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਹੈ ਇਤਿਹਾਸਕ ਪੁੰਨਿਆ ਦਾ ਚਾਨਣ ਇਤਿਹਾਸਕ ਰਚਨਾ ਹੈ। ਕੁਸ਼ਚਨ ਨੰਬਰ 22, ਹਰਚਰਨ ਸਿੰਘ ਨੂੰ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਨਮਾਨ ਕਦੋਂ ਮਿਲਿਆ? ਆਪਸ਼ਨ ਹੈ 1972, ਬੀ 1974, ਸੀ 1976 ਅਤੇ ਡੀ 1978। ਕੋਰੈਕਟ ਆਂਸਰ ਕੁਸ਼ਚਨ ਨੰਬਰ 22 ਲਈ ਚੁਣਿਆ ਜਾਵੇ। 22 ਨੰਬਰ ਦੇ ਲਈ ਸਹੀ ਆਂਸਰ ਕਰੋ ਜੀ। ਹਾਂਜੀ, 22 ਨੰਬਰ ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ 1974 ਸਭ ਦਾ ਹੋਵੇਗਾ ਬਿਲਕੁਲ ਸਹੀ, ਬਾਕੀ ਨੋਟ ਕਰਨ। ਕੁਸ਼ਚਨ ਨੰਬਰ 23, ਹਰਚਰਨ ਸਿੰਘ ਦੇ ਨਾਟਕਾਂ ਨੂੰ ਕਿੰਨੀਆਂ ਵੰਨਗੀਆਂ ਵਿੱਚ ਵੰਡ ਸਕਦੇ ਹਾਂ? ਆਪਸ਼ਨ ਹੈ 1, ਬੀ 2, ਸੀ 3 ਅਤੇ ਡੀ 4। ਸਹੀ ਉੱਤਰ ਕੁਸ਼ਚਨ ਨੰਬਰ 23 ਲਈ ਚੁਣਿਆ ਜਾਵੇ। 23 ਨੰਬਰ ਲਈ ਚੁਣੋ ਜੀ ਸਹੀ ਉੱਤਰ। 23 ਦੇ ਲਈ ਜੀ, 23 ਨੰਬਰ ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਹੈ 3 ਵੰਡਗੀਆਂ ਦੇ ਵਿੱਚ ਵੰਡ ਸਕਦੇ ਹਾਂ, ਬਿਲਕੁਲ ਠੀਕ, ਬਾਕੀ ਨੋਟ ਕਰਨ ਜੀ। ਸੁਖਾਂਤਕ, ਦੁਖਾਂਤਕ ਅਤੇ ਧਾਰਮਿਕ ਜਾਂ ਇਤਿਹਾਸਕ, ਇਹ ਦੋਵੇਂ ਇਕੱਠੇ ਹੀ ਰੱਖੇ ਜਾਣਗੇ। ਸੋ ਕੁੱਲ 3 ਵੰਨਗੀਆਂ ਕੁਰੈਕਟ ਆਂਸਰ ਹੋਵੇਗਾ। ਕੁਸ਼ਚਨ ਨੰਬਰ 24, ਆਈ ਸੀ ਨੰਦਾ ਤੋਂ ਬਾਅਦ ਪੰਜਾਬੀ ਰੰਗਮੰਚ ਨੂੰ ਵਿਕਸਿਤ ਕਰਨ ਵਾਲਾ ਇਕਾਂਗੀਕਾਰ ਕਿਹੜਾ ਸੀ? ਆਪਸ਼ਨ ਏ ਗਾਰਗੀ, ਬੀ ਸੇਖੋ, ਸੀ ਕਪੂਰ ਸਿੰਘ ਘੁੰਮਣ ਅਤੇ ਡੀ ਹਰਚਰਨ ਸਿੰਘ। ਕੁਸ਼ਚਨ ਨੰਬਰ 24 ਦੇ ਲਈ ਆਂਸਰ ਕਰੋ ਜੀ। 24 ਨੰਬਰ ਲਈ ਕੁਰੈਕਟ ਆਂਸਰ ਚੁਣਿਆ ਜਾਵੇ। ਹਾਂਜੀ, ਫਟਾਫਟ ਆਂਸਰ ਕਰੋ ਕੁਸ਼ਚਨ ਨੰਬਰ 24 ਦੇ ਲਈ। 24 ਨੰਬਰ ਲਈ ਜਿਨ੍ਹਾਂ ਦਾ ਆਂਸਰ ਆ ਰਿਹਾ ਹਰਚਰਨ ਸਿੰਘ, ਬਿਲਕੁਲ ਠੀਕ ਆਂਸਰ ਹੈ। ਕੁਸ਼ਚਨ ਨੰਬਰ 25, 25 ਨੰਬਰ ਹੈ ਜੀ, ਹਰਚਰਨ ਸਿੰਘ ਦੇ ਕਹਾਣੀ ਸੰਗ੍ਰਹਿ ਕਿੰਨੇ ਹਨ? ਆਪਸ਼ਨ ਹੈ 1, ਬੀ 2, ਸੀ 3, ਡੀ 4। ਸਹੀ ਉੱਤਰ ਕੁਸ਼ਚਨ ਨੰਬਰ 25 ਲਈ ਕਰੋ ਜੀ। 25 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਕਿੰਨੇ ਹਨ ਕਹਾਣੀ ਸੰਗ੍ਰਹਿ? ਹਾਂਜੀ, ਹਰਚਰਨ ਸਿੰਘ ਜੀ ਦੇ ਕੁੱਲ 2 ਕਹਾਣੀ ਸੰਗ੍ਰਹਿ ਨੇ। ਸੋ ਜਿਨ੍ਹਾਂ ਦਾ ਆਂਸਰ ਆ ਰਿਹਾ ਆਪਸ਼ਨ ਬੀ, ਬਿਲਕੁਲ ਠੀਕ ਆ, ਇੱਕ ਜੀ ਨਵੀਂ ਸਵੇਰ ਅਤੇ ਦੂਜਾ ਸਿੱਪੀਆਂ ਚੌਂਕ। ਕੁਸ਼ਚਨ ਨੰਬਰ 26, 26 ਨੰਬਰ ਹੈ ਜੀ, ਮਸੀਹਾ ਸੂਲੀ 'ਤੇ ਮੁਸਕਰਾਇਆ, ਇਹਦਾ ਇਹ ਕਿਸ ਬਾਰੇ ਹੈ, ਇਹਦਾ ਵਿਸ਼ਾ ਕੀ ਹੈ, ਇਹ ਕਹਿ ਸਕਦੇ ਹੋ ਤੁਸੀਂ? ਆਪਸ਼ਨ ਹੈ ਭਗਤ ਸਿੰਘ, ਬੀ ਕਰਤਾਰ ਸਿੰਘ, ਸੀ ਈਸਾ ਮਸੀਹ ਅਤੇ ਡੀ ਇਹਨਾਂ ਵਿੱਚੋਂ ਕੋਈ ਵੀ। ਕੁਸ਼ਚਨ ਨੰਬਰ 26 ਲਈ ਆਂਸਰ ਕਰੋ ਜੀ। ਹਾਂਜੀ, 26 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ। 26 ਨੰਬਰ ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਹੈ ਆਪਸ਼ਨ ਏ ਭਗਤ ਸਿੰਘ, ਬਿਲਕੁਲ ਸਹੀ ਆਂਸਰ ਹੋਵੇਗਾ ਜੀ। ਕੁਸ਼ਚਨ ਨੰਬਰ 27 ਦੇ ਵੱਲ ਵੱਧਦੇ ਹਾਂ ਜੀ। 27 ਨੰਬਰ, ਪੰਜਾਬ ਕਲਾ ਮੰਚ ਦੇ ਬੈਨਰ ਹੇਠ ਹਰਚਰਨ ਸਿੰਘ ਦੇ ਨਾਟਕ ਕੌਣ ਖੇਡਦਾ ਰਿਹਾ? ਆਪਸ਼ਨ ਏ ਚਰਨਦਾਸ ਸਿੱਧੂ, ਬੀ ਜਸਪਾਲ ਸਿੰਘ, ਸੀ ਹਰਪਾਲ ਟਿਵਾਣਾ, ਡੀ ਗੁਰਸ਼ਰਨ ਸਿੰਘ। ਕੁਰੈਕਟ ਆਂਸਰ ਕੁਸ਼ਚਨ ਨੰਬਰ 27 ਲਈ ਕਰਿਆ ਜਾਵੇ। ਫਟਾਫਟ ਆਂਸਰ ਕਰੋ 27 ਨੰਬਰ ਦੇ ਲਈ ਜੀ। ਪ੍ਰਸ਼ਨ ਨੰਬਰ 27 ਲਈ ਆਂਸਰ ਕਰਿਆ ਜਾਵੇ। 27 ਨੰਬਰ ਦੇ ਲਈ ਜਿਨ੍ਹਾਂ ਨੇ ਹਰਪਾਲ ਟਿਵਾਣਾ ਆਂਸਰ ਕੀਤਾ ਹੈ, ਆਪਸ਼ਨ ਸੀ ਸਭ ਦਾ ਹੈ ਬਿਲਕੁਲ ਸਹੀ। ਕੁਸ਼ਚਨ ਨੰਬਰ 28 ਵੱਲ ਵੱਧਦੇ ਹਾਂ ਜੀ। ਪੰਜਾਬੀ ਇਕਾਂਗੀ ਨਾਟਕ ਜਗਤ ਦੇ ਅਜਿਹੇ ਕਲਾਕਾਰ
ਜਿਨ੍ਹਾਂ ਨੇ ਸਭ ਤੋਂ ਵੱਧ ਰਚਨਾਵਾਂ ਲਿਖੀਆਂ। ਆਪਸ਼ਨ ਏ ਆਈ ਸੀ ਨੰਦਾ, ਬੀ ਗੁਰਸ਼ਰਨ ਸਿੰਘ, ਸੀ ਹਰਚਰਨ ਸਿੰਘ ਅਤੇ ਡੀ ਹਰਚਰਨ ਸਿੰਘ। ਕੁਐਸਚਨ ਨੰਬਰ 28 ਲਈ ਆਂਸਰ ਕਰੋ, ਕਿਸ ਨੇ ਸਭ ਤੋਂ ਵਧੇਰੇ ਰਚਨਾਵਾਂ ਲਿਖੀਆਂ ਹਨ? ਇਕਾਂਗੀ ਨਾਟਕ ਜਗਤ ਦੇ ਅਜੇ ਕਿਹੜੇ ਕਲਾਕਾਰ ਹਨ? ਕੁਰੈਕਟ ਆਂਸਰ ਕਰੋ ਕੁਐਸਚਨ ਨੰਬਰ 29 ਦੇ ਲਈ, 28 ਦੇ ਲਈ, ਹਾਂਜੀ 28 ਨੰਬਰ ਲਈ। 28 ਲਈ ਜਿਨ੍ਹਾਂ ਨੇ ਆਂਸਰ ਹਰਚਰਨ ਸਿੰਘ ਕਰਿਆ ਹੈ, ਬਿਲਕੁਲ ਠੀਕ। ਕੁਐਸਚਨ ਨੰਬਰ 29, 29 ਨੰਬਰ ਹੈ ਹਰਚਰਨ ਸਿੰਘ ਦੇ ਸਫਲ ਇਕਾਂਗੀ ਨਾਟਕ, ਹਰਚਰਨ ਸਿੰਘ ਦਾ ਸਫਲ ਇਕਾਂਗੀ ਨਾਟਕ ਕਿਹੜਾ ਹੈ? ਆਪਸ਼ਨ ਏ ਮਨ ਦੀਆਂ ਮਨ ਵਿੱਚ, ਬੀ ਹੜਤਾਲ, ਸੀ ਚਿੜੀਆਂ ਦੀ ਮੌਤ ਅਤੇ ਡੀ ਉਪਰੋਕਤ ਸਾਰੇ। ਕੁਐਸਚਨ ਨੰਬਰ 29 ਲਈ ਆਂਸਰ ਕਰੋ, ਸਫਲ ਇਕਾਂਗੀ ਨਾਟਕ ਕਿਹੜਾ ਹੈ? ਸਹੀ ਆਂਸਰ ਕਰਿਆ ਜਾਵੇ ਕੁਐਸਚਨ ਨੰਬਰ 29 ਦੇ ਲਈ, ਹਾਂਜੀ ਦਿੱਤੇ ਗਏ ਉਪਰੋਕਤ ਸਾਰੇ ਹੀ ਨਾਟਕ ਹਰਚਰਨ ਸਿੰਘ ਦੇ ਇਕਾਂਗੀ ਨਾਟਕ ਜਿਹੜੇ ਨੇ ਸਫਲ ਨੇ, ਮਸ਼ਹੂਰ ਨੇ। ਕੁਐਸਚਨ ਨੰਬਰ 30, 30 ਨੰਬਰ ਜੀ ਹਰਚਰਨ ਸਿੰਘ ਦੇ ਮਨੋਵਿਗਿਆਨਿਕ, ਹਰਚਰਨ ਸਿੰਘ ਦੇ ਮਨੋਵਿਗਿਆਨਿਕ ਇਕਾਂਗੀ, ਹਰਚਰਨ ਸਿੰਘ ਦਾ ਹੋਣਾ ਸੀ, ਹਰਚਰਨ ਸਿੰਘ ਦਾ ਮਨੋਵਿਗਿਆਨਿਕ ਇਕਾਂਗੀ ਕਿਹੜਾ ਹੈ? ਆਪਸ਼ਨ ਏ ਸਰਹਿੰਦ ਦੀ ਕੰਧ, ਬੀ ਜਫਰਨਾਮਾ, ਬੀ ਮਨ ਦੀਆਂ ਮਨ ਵਿੱਚ, ਸੀ ਜਫਰਨਾਮਾ, ਡੀ ਉਪਰੋਕਤ ਸਾਰੇ। ਕੁਐਸਚਨ ਨੰਬਰ 30 ਦੇ ਲਈ ਆਂਸਰ ਕਰੋ, 30 ਨੰਬਰ ਲਈ ਸਹੀ ਆਂਸਰ ਕਰਿਆ ਜਾਵੇ ਹਰਚਰਨ ਸਿੰਘ ਦਾ ਮਨੋਵਿਗਿਆਨਿਕ ਇਕਾਂਗੀ ਕਿਹੜਾ ਹੈ? ਕੁਰੈਕਟ ਆਂਸਰ ਕਰੋ ਕੁਐਸਚਨ ਨੰਬਰ 30 ਦੇ ਲਈ, ਹਾਂਜੀ 30 ਨੰਬਰ ਲਈ ਉਪਰੋਕਤ ਸਾਰੇ ਹੀ ਕੁਰੈਕਟ ਹੋਣਗੇ। ਸੋ ਜਿਨ੍ਹਾਂ ਦਾ ਆਂਸਰ ਆ ਰਿਹਾ ਹੈ ਉਪਰੋਕਤ ਸਾਰੇ, ਸਭ ਦਾ ਹੈ ਬਿਲਕੁਲ ਠੀਕ। ਕੁਐਸਚਨ ਨੰਬਰ 31 ਦੇ ਵੱਲ ਵੱਧਦੇ ਹਾਂ ਜੀ, 31 ਨੰਬਰ ਹਰਚਰਨ ਸਿੰਘ ਨੇ ਪੰਜਾਬ ਦੀ ਭਾਸ਼ਾ ਸਮੱਸਿਆ ਨੂੰ ਕਿਹੜੀ ਇਕਾਂਗੀ ਵਿੱਚ ਵਿਸ਼ਾ ਬਣਾਇਆ ਹੈ? ਆਪਸ਼ਨ ਏ ਪੰਜ ਪ੍ਰਧਾਨ, ਬੀ ਜਫਰਨਾਮਾ, ਸੀ ਮਾਤ ਭਾਸ਼ਾ ਅਤੇ ਡੀ ਨਵੀਂ ਸਵੇਰ। ਕੁਐਸਚਨ ਨੰਬਰ 31 ਦੇ ਲਈ ਆਂਸਰ ਕਰੋ ਜੀ ਫਟਾਫਟ, ਆਂਸਰ ਕੁਐਸਚਨ ਨੰਬਰ 31 ਦੇ ਲਈ ਚੁਣਿਆ ਜਾਵੇ। ਕਿਹੜੀ ਇਕਾਂਗੀ ਦੇ ਵਿੱਚ ਪੰਜਾਬ ਦੀ ਮਾਤ ਭਾਸ਼ਾ ਦੀ ਸਮੱਸਿਆ ਨੂੰ ਵਿਸ਼ਾ ਬਣਾਇਆ ਹੈ? ਕੁਐਸਚਨ ਨੰਬਰ 31 ਲਈ ਆਂਸਰ ਕਰਿਆ ਜਾਵੇ, ਹਾਂਜੀ 31 ਦੇ ਲਈ ਜਿਹੜੇ ਮਾਤ ਭਾਸ਼ਾ ਆਂਸਰ ਕਰ ਰਹੇ ਨੇ, ਆਪਸ਼ਨ ਸੀ ਸਭ ਦਾ ਠੀਕ ਹੈ। ਕੁਐਸਚਨ ਨੰਬਰ 32, ਦੂਰ ਦੁਰਾਡੇ ਸ਼ਹਿਰ ਵਿੱਚ ਹਰਚਰਨ ਸਿੰਘ ਨੇ ਕਿਹੜੀ ਸਮੱਸਿਆ ਲਈ ਹੈ? ਆਪਸ਼ਨ ਏ ਇਸਤਰੀਆਂ ਦੀ ਸਮੱਸਿਆ, ਬੀ ਪ੍ਰਵਾਸੀਆਂ ਦੀ ਸਮੱਸਿਆ, ਸੀ ਪ੍ਰੇਮ ਵਿਆਹ, ਪ੍ਰੇਮ ਵਿਆਹ ਅਤੇ ਡੀ ਉਪਰੋਕਤ ਸਾਰੀਆਂ। ਕੁਐਸਚਨ ਨੰਬਰ 32 ਲਈ ਆਂਸਰ ਕਰੋ ਜੀ, ਦੂਰ ਦੁਰਾਡੇ ਸ਼ਹਿਰ ਵਿੱਚ ਇਸ ਦੇ ਵਿੱਚ ਪ੍ਰੇਮ ਵਿਆਹ ਸਮੱਸਿਆ ਨੂੰ ਚੁਣਿਆ ਗਿਆ ਹੈ। ਸੋ ਆਪਸ਼ਨ ਜਿਨ੍ਹਾਂ ਨੇ ਆਂਸਰ ਕਰਿਆ ਹੈ ਆਪਸ਼ਨ ਸੀ ਸਭ ਦਾ ਠੀਕ ਹੈ। ਕੁਐਸਚਨ ਨੰਬਰ 33, ਹਰਚਰਨ ਸਿੰਘ ਦੇ ਵਧੇਰੇ ਨਾਟਕ ਕਿਸਨੇ ਨਿਰਦੇਸ਼ਿਤ ਕੀਤੇ ਹਨ? ਆਪਸ਼ਨ ਏ ਹਰਪਾਲ ਟਿਵਾਣਾ, ਬੀ ਚਰਨਦਾਸ ਸਿੱਧੂ, ਸੀ ਜਸਪਾਲ ਸਿੰਘ ਅਤੇ ਡੀ ਗੁਰਸ਼ਰਨ ਸਿੰਘ। ਕੁਐਸਚਨ ਨੰਬਰ 33 ਲਈ ਆਂਸਰ ਚੁਣਿਆ ਜਾਵੇ, ਵਧੇਰੇ ਨਾਟਕ ਕਿਸਨੇ ਨਿਰਦੇਸ਼ਿਤ ਕੀਤੇ ਹਨ? 33 ਨੰਬਰ ਲਈ ਆਂਸਰ ਕਰੋ, 33 ਦੇ ਲਈ ਜਿਨ੍ਹਾਂ ਦਾ ਆਂਸਰ ਆ ਰਿਹਾ ਹੈ ਹਰਪਾਲ ਟਿਵਾਣਾ। ਆਪਸ਼ਨ ਏ ਸਭ ਦਾ ਹੈ ਬਿਲਕੁਲ ਸਹੀ। ਕੁਐਸਚਨ ਨੰਬਰ 34, ਪੁੰਨਿਆ ਦਾ ਚੰਨ ਕਿਸ ਨਾਲ ਸੰਬੰਧਿਤ ਹੈ? ਆਪਸ਼ਨ ਏ ਨਾਰੀ ਦੀ ਸੁੰਦਰਤਾ, ਬੀ ਆਈ ਸੀ ਨੰਦਾ, ਸੀ ਭਗਤ ਸਿੰਘ ਅਤੇ ਡੀ ਗੁਰੂ ਨਾਨਕ ਦੇਵ ਜੀ। ਕੁਐਸਚਨ ਨੰਬਰ 34 ਲਈ ਆਂਸਰ ਕਰਿਆ ਜਾਵੇ, ਪੁੰਨਿਆ ਦਾ ਚੰਨ ਕਿਸ ਨਾਲ ਸੰਬੰਧਿਤ ਹੈ? ਇਸ ਦਾ ਸੰਬੰਧ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ। ਸੋ ਆਪਸ਼ਨ ਡੀ ਜਿਨ੍ਹਾਂ ਨੇ ਆਂਸਰ ਕਰਿਆ ਹੈ ਸਭ ਦਾ ਹੈ ਬਿਲਕੁਲ ਸਹੀ।
ਕੁਐਸਚਨ ਨੰਬਰ 35 ਰਾਜਾ ਪੁਰਸ਼ ਦਾ ਸਾਲ ਕੀ ਹੈ? ਪ੍ਰਕਾਸ਼ਨ ਸਾਲ ਚੁਣਿਆ ਜਾਵੇ ਰਾਜਾ ਪੁਰਸ਼ ਦਾ, ਆਪਸ਼ਨ ਏ 1932, ਬੀ 1936, ਸੀ 1938, ਡੀ 1940। 35 ਨੰਬਰ ਕੁਐਸਚਨ ਲਈ ਸਹੀ ਆਨਸਰ ਕਰਿਆ ਜਾਵੇ। ਰਾਜਾ ਪੁਰਸ਼ ਦਾ ਪ੍ਰਕਾਸ਼ਨ ਸਾਲ ਚੁਣਿਆ ਜਾਵੇ। ਸੋ ਜਿਹੜੇ ਵੀ 35 ਨੰਬਰ ਦੇ ਆਨਸਰ ਕਰ ਰਹੇ ਨੇ, ਆਪਸ਼ਨ ਸੀ 1938 ਬਿਲਕੁਲ ਠੀਕ ਆਨਸਰ ਹੋਵੇਗਾ। ਕੁਐਸਚਨ ਨੰਬਰ 36, ਆਪਣੇ ਨਾਟਕਾਂ ਦੇ ਪਹਿਲੇ ਪੜਾਅ ਵਜੋਂ ਹਰਚਰਨ ਸਿੰਘ ਨੂੰ ਕਿਹੋ ਜਿਹਾ ਨਾਟਕ ਕਰ ਕੇ ਆ ਜਾਂਦਾ ਹੈ, ਯਾਨੀ ਕਿ ਸ਼ੁਰੂਆਤ ਦੇ ਵਿੱਚ ਹਰਚਰਨ ਸਿੰਘ ਨੇ ਕਿਸ ਪ੍ਰਕਾਰ ਦੇ ਨਾਟਕਾਂ ਦੀ ਰਚਨਾ ਕੀਤੀ? ਆਪਸ਼ਨ ਏ ਕ੍ਰਾਂਤੀਕਾਰੀ, ਬੀ ਸੁਧਾਰਵਾਦੀ, ਸੀ ਰੋਮਾਂਸਵਾਦੀ ਅਤੇ ਡੀ ਪ੍ਰਗਤੀਵਾਦੀ। ਕੁਐਸਚਨ ਨੰਬਰ 36 ਲਈ ਆਨਸਰ ਕਰਿਆ ਜਾਵੇ। 36 ਨੰਬਰ ਦੇ ਲਈ ਆਨਸਰ ਕਰੋ, ਸ਼ੁਰੂਆਤੀ ਪੜਾਅ ਦੇ ਵਿੱਚ ਕਿਸ ਤਰ੍ਹਾਂ ਦੇ ਨਾਟਕਾਂ ਦੀ ਰਚਨਾ ਕੀਤੀ, ਸੁਧਾਰਵਾਦੀ ਨਾਟਕਾਂ ਦੀ ਰਚਨਾ ਕੀਤੀ ਗਈ ਹੈ। ਆਪਸ਼ਨ ਬੀ ਹੈ ਸਭ ਦਾ ਸਹੀ। ਕੁਐਸਚਨ ਨੰਬਰ 37, ਹਰਚਰਨ ਸਿੰਘ ਦੀ ਮੌਤ ਕਦੋਂ ਹੋਈ? ਆਪਸ਼ਨ ਏ 2002, ਬੀ 2004, ਸੀ 2006 ਅਤੇ ਡੀ 2008। ਪ੍ਰਸ਼ਨ ਨੰਬਰ 37 ਦੇ ਲਈ ਆਨਸਰ ਕਰਿਆ ਜਾਵੇ, ਹਰਚਰਨ ਸਿੰਘ ਦੀ ਮੌਤ ਕਦੋਂ ਹੋਈ? ਹਰਚਰਨ ਸਿੰਘ ਦੀ ਮੌਤ ਹੋਈ ਜੀ 2006 ਦੇ ਵਿੱਚ। ਸੋ ਜਿਨ੍ਹਾਂ ਨੇ ਵੀ ਆਨਸਰ ਕਰਿਆ ਹੈ, ਆਪਸ਼ਨ ਸੀ ਸਭ ਦਾ ਹੈ ਬਿਲਕੁਲ ਸਹੀ। ਕੁਐਸਚਨ ਨੰਬਰ 37 ਤੋਂ ਬਾਅਦ ਅੱਗੇ ਕੁਛ ਮਹੱਤਵਪੂਰਨ ਤੱਥ ਦਿੱਤੇ ਗਏ ਆ, ਜਿਨ੍ਹਾਂ ਦੇ ਵਿੱਚੋਂ ਕੁਐਸਚਨ ਬਣ ਕੇ ਆ ਸਕਦੇ ਨੇ। ਸੋ ਇਹਨਾਂ ਨੂੰ ਵੀ ਧਿਆਨ ਨਾਲ ਦੇਖਿਆ ਜਾਵੇ। ਪਹਿਲਾ ਹੈ ਜੀ, ਹਰਚਰਨ ਸਿੰਘ ਨਾਟਕਕਾਰ, ਸੰਪਾਦਕ ਅਤੇ ਨਾਟਕ ਨਿਰਦੇਸ਼ਕ ਅਤੇ ਨਾਲ ਹੀ ਆਲੋਚਕ ਵੀ ਸਨ। ਠੀਕ ਹੈ ਜੀ, ਪੁਆਇੰਟ ਬਹੁਤ ਹੀ ਮਹੱਤਵਪੂਰਨ ਆ। ਹਰਚਰਨ ਸਿੰਘ ਦੇ ਮਾਤਾ ਪਿਤਾ ਜੀ ਦਾ ਨਾਂ ਕਿਰਪਾ ਸਿੰਘ ਅਤੇ ਰਾਮ ਰੱਖੀ ਸੀ, ਯਾਦ ਰੱਖਿਓ ਜੀ। ਹਰਚਰਨ ਸਿੰਘ ਨੇ ਪੰਜਾਬੀ ਵਿੱਚ PhD ਦੀ ਡਿਗਰੀ ਹਾਸਲ ਕੀਤੀ, ਦਿੱਲੀ ਯੂਨੀਵਰਸਿਟੀ ਵਿੱਚ ਰੀਡਰ ਦੇ ਅਹੁਦੇ 'ਤੇ ਕੰਮ ਕੀਤਾ। 1966 ਤੋਂ 76 ਤੱਕ ਲਗਭਗ 10 ਸਾਲ ਪੰਜਾਬੀ ਯੂਨੀਵਰਸਿਟੀ ਭਾਸ਼ਾ ਵਿਭਾਗ ਦੇ ਮੁਖੀ ਰਹੇ। ਇੱਥੇ ਕੁਐਸਚਨ ਆ ਜੀ, ਨਵਾਂ ਚਾਨਣ ਦੇ ਵਿੱਚ ਚੰਨੋ ਦਾ ਰੋਲ ਕਿਸਨੇ ਅਦਾ ਕੀਤਾ ਸੀ? ਸਹੀ ਆਨਸਰ ਇਸ ਕੁਐਸਚਨ ਦੇ ਲਈ ਟਾਈਪ ਕਰਕੇ ਕੀਤਾ ਜਾਵੇ ਕਿ ਨਵਾਂ ਚਾਨਣ ਦੇ ਵਿੱਚ ਚੰਨੋ ਦਾ ਰੋਲ ਕਿਸ ਦੇ ਦੁਆਰਾ ਅਦਾ ਕੀਤਾ ਗਿਆ। ਅੱਗੇ ਵੱਧਦੇ ਹਾਂ ਜੀ, ਇਕਾਂਗੀ ਸੰਗ੍ਰਹਿ ਦਿੱਤੇ ਹੋਏ ਆ ਮਹੱਤਵਪੂਰਨ, ਜਿਨ੍ਹਾਂ ਦੇ ਵਿੱਚ ਜੀਵਨ ਲੀਲਾ ਚਮਕੌਰ ਦੀ ਗੜੀ, ਹਾਂਜੀ ਜੀਵਨ ਲੀਲਾ ਚਮਕੌਰ ਦੀ ਗੜੀ, ਇਤਿਹਾਸ ਜਵਾਬ ਮੰਗਦਾ ਹੈ, ਮੁੜਕੇ ਦੀ ਖੁਸ਼ਬੋ, ਪੰਚ ਪ੍ਰਧਾਨ, ਪੰਜ ਗੀਟੜਾ, ਇਹ ਪ੍ਰਮੁੱਖ ਨੇ। ਸਪਤ ਰਿਸ਼ੀ, ਸਾਂਝਾ ਰਾਜ, ਜਫਰਨਾਮਾ ਅਤੇ ਹੋਰ ਇਕਾਂਗੀ, ਮੇਰੇ ਚੋਣਵੇਂ ਇਕਾਂਗੀ ਸੰਗ੍ਰਹਿ, ਇਹ ਦੋ ਭਾਗਾਂ ਦੇ ਵਿੱਚ ਹੈ। ਇਹ ਵੀ ਪ੍ਰਸ਼ਨ ਇੱਕ ਵੱਖਰਾ ਬਣ ਸਕਦਾ ਹੈ ਕਿ ਮੇਰੇ ਚੋਣਵੇਂ ਇਕਾਂਗੀ ਸੰਗ੍ਰਹਿ ਦੇ ਕਿੰਨੇ ਭਾਗ ਹਨ। ਠੀਕ ਹੈ, ਅਤੇ ਇਹਨੂੰ ਵੀ ਯਾਦ ਰੱਖਿਓ। ਹਾਂਜੀ, ਪਿੱਛੇ ਕੁਐਸਚਨ ਜਿਹੜਾ ਪੁੱਛਿਆ ਗਿਆ ਸੀ ਉਹਦਾ ਆਨਸਰ ਹਰਚਰਨ ਸਿੰਘ ਦੀ ਆਉਣਾ ਸੀ ਜੀ। ਇੱਥੇ ਕੌਰ ਲਿਖਿਆ ਗਿਆ, ਹਰਚਰਨ ਸਿੰਘ ਦੀ ਪਤਨੀ ਧਰਮ ਕੌਰ ਨੇ ਰੋਲ ਪਲੇ ਕੀਤਾ ਸੀ। ਠੀਕ ਹੈ ਜੀ, ਨਵਾਂ ਚਾਨਣ ਦੇ ਵਿੱਚ। ਸੋ ਜਿਨ੍ਹਾਂ ਨੇ ਆਨਸਰ ਕਰਿਆ ਸੀ ਧਰਮ ਕੌਰ ਜਾਂ ਉਹਨਾਂ ਦੀ ਪਤਨੀ, ਬਿਲਕੁਲ ਸਹੀ ਆਨਸਰ ਹੋਵੇਗਾ। ਹੁਣ ਸ਼ੁਰੂ ਕਰਦੇ ਹਾਂ ਜੀ ਅਗਲਾ ਲੇਖਕ ਬਲਵੰਤ ਗਾਰਗੀ। ਫਸਟ ਕੁਐਸਚਨ ਏ, ਬਲਵੰਤ ਗਾਰਗੀ ਦਾ ਜਨਮ ਕਦੋਂ ਹੋਇਆ? ਆਪਸ਼ਨ ਏ 1912, ਬੀ 1914, ਸੀ 1916, ਡੀ 1918। ਪ੍ਰਸ਼ਨ ਨੰਬਰ 1 ਦੇ ਲਈ ਆਨਸਰ ਕਰੋ, ਬਲਵੰਤ ਗਾਰਗੀ ਦਾ ਜਨਮ ਕਦੋਂ ਹੋਇਆ? ਹਾਂਜੀ, ਸਹੀ ਉੱਤਰ ਪ੍ਰਸ਼ਨ ਨੰਬਰ 1 ਲਈ ਕਰਿਆ ਜਾਵੇ, ਬਲਵੰਤ ਗਾਰਗੀ ਦਾ ਜਨਮ 1916 ਈਸਵੀ ਦੇ ਵਿੱਚ ਹੋਇਆ। ਆਪਸ਼ਨ ਸੀ ਆਨਸਰ ਵਾਲੇ ਸਾਰੇ ਠੀਕ ਨੇ। ਕੁਐਸਚਨ ਨੰਬਰ 2, ਬਲਵੰਤ ਗਾਰਗੀ ਦੀ ਮੌਤ ਕਦੋਂ ਹੋਈ? ਆਪਸ਼ਨ ਏ 2001, ਬੀ 2002, ਸੀ 2003, ਡੀ 2004।
ਪ੍ਰਸ਼ਨ ਨੰਬਰ 2 ਲਈ ਆਂਸਰ ਕਰੋ। ਮੌਤ ਕਦੋਂ ਹੋਈ ਬਲਵੰਤ ਗਾਰਗੀ ਦੀ? ਹਾਂਜੀ, ਮੌਤ ਹੋਈ ਜੀ 2003 ਦੇ ਵਿੱਚ। ਸੋ ਯਾਦ ਰੱਖਿਓ, ਮੌਤ ਹੋਈ ਜੀ 2003 ਵਿੱਚ। ਕੁਐਸਚਨ ਨੰਬਰ 3, ਬਲਵੰਤ ਗਾਰਗੀ ਕਿਸ ਪੀੜ੍ਹੀ ਦਾ ਇਕਾਂਗੀਕਾਰ ਜਾਂ ਨਾਟਕਕਾਰ ਹੈ? ਆਪਸ਼ਨ ਏ ਪਹਿਲੀ, ਬੀ ਦੂਜੀ, ਸੀ ਤੀਜੀ, ਡੀ ਚੌਥੀ। ਸੋ ਪੀੜ੍ਹੀਆਂ ਵਾਲੇ ਕੁਐਸਚਨ ਤੁਹਾਨੂੰ ਦੱਸੇ ਹੀ ਹੋਏ ਆ ਕਿ ਹਮੇਸ਼ਾ ਕਨਫਿਊਜ਼ਨ ਵਾਲੇ ਹੀ ਰਹੇ ਆ, ਕਿਉਂਕਿ ਬੋਰਡ ਦਾ ਨਹੀਂ ਪਤਾ ਹੁੰਦਾ ਕਿਹੜੀ ਆਂਸਰ ਲਾ ਦੇਣਾ, ਅਤੇ ਰਾਈਟਰ ਕੁਛ ਹੋਰ ਦੱਸ ਰਹੇ ਆ, ਬੋਰਡ ਕਈ ਵਾਰੀ ਕੁਛ ਹੋਰ ਦੱਸ ਦਿੰਦਾ, ਜਾਂ ਅੱਡ ਕਿਤਾਬਾਂ ਦੇ ਵਿੱਚ ਆਂਸਰ ਅੱਡ ਮਿਲਦਾ। ਫਿਰ ਵੀ ਇੱਕ ਪੋਸੀਬਿਲਿਟੀ ਹੈ ਜਿਹੜੀ, ਉਹ ਹੈ ਦੂਜੀ ਅਤੇ ਤੀਜੀ ਪੀੜ੍ਹੀ ਦੋਵੇਂ ਹੀ ਸਹੀ ਨੇ। ਠੀਕ ਹੈ ਜੀ, ਤੀਜੀ ਪੀੜ੍ਹੀ ਆਂਸਰ ਕਰ ਸਕਦੇ ਹੋ, ਦੂਜੀ ਕਰ ਸਕਦੇ ਹੋ, ਬਟ ਮੋਸਟਲੀ ਜ਼ਿਆਦਾ ਜਿਹੜਾ ਸਹੀ ਹੈ ਉਹ ਤੀਜੀ ਪੀੜ੍ਹੀ ਜਾਪਦਾ ਜੀ। ਕੁਐਸਚਨ ਨੰਬਰ 4 ਵੱਲ ਵੱਧਦੇ ਹਾਂ ਜੀ, ਬਲਵੰਤ ਗਾਰਗੀ ਦਾ ਪਹਿਲਾ ਨਾਟਕ ਕਿਹੜਾ ਸੀ? ਆਪਸ਼ਨ ਕੁਆਰਿਟੀ ਸੀ, ਬੀ ਲੋਹਾ ਕੁੱਟ, ਸੀ ਸ਼ੈਲ ਪੱਥਰ, ਡੀ ਵਿਸ਼ਵੇਦਾਰ। ਕੁਐਸਚਨ ਨੰਬਰ 4 ਲਈ ਆਂਸਰ ਕਰਿਆ ਜਾਵੇ। ਬਲਵੰਤ ਗਾਰਗੀ ਦਾ ਪਹਿਲਾ ਨਾਟਕ ਕਿਹੜਾ ਸੀ ਜੀ? ਪਹਿਲਾ ਨਾਟਕ ਚੁਣਿਆ ਜਾਵੇ। ਆਪਸ਼ਨ ਕੁਆਰਿਟੀ ਸੀ, ਬੀ ਲੋਹਾ ਕੁੱਟ, ਸੀ ਸ਼ੈਲ ਪੱਥਰ, ਡੀ ਵਿਸ਼ਵੇਦਾਰ। ਸੋ ਜਿਨ੍ਹਾਂ ਦਾ ਆਂਸਰ ਆ ਰਿਹਾ ਹੈ ਲੋਹਾ ਕੁੱਟ, ਸਭ ਦਾ ਹੈ ਬਿਲਕੁਲ ਠੀਕ। ਕੁਐਸਚਨ ਨੰਬਰ 5 ਵੱਲ ਵੱਧਦੇ ਹਾਂ ਜੀ, ਬਲਵੰਤ ਗਾਰਗੀ ਦੀ ਪਹਿਲੀ ਇਕਾਂਗੀ ਕਿਹੜੀ ਸੀ? ਆਪਸ਼ਨ ਕੁਆਰਿਟੀ ਸੀ, ਬੀ ਲੋਹਾ ਕੁੱਟ, ਸੀ ਸ਼ੈਲ ਪੱਥਰ, ਡੀ ਕੇਸਰੋ। ਪ੍ਰਸ਼ਨ ਨੰਬਰ 5 ਲਈ ਆਂਸਰ ਕਰਿਆ ਜਾਵੇ, ਪਹਿਲੀ ਇਕਾਂਗੀ। ਹਾਂਜੀ, ਕੁਆਰਿਟੀ ਸੀ ਨੂੰ ਮੰਨਿਆ ਜਾਂਦਾ ਹੈ ਪਹਿਲੀ ਇਕਾਂਗੀ ਬਲਵੰਤ ਗਾਰਗੀ ਦੀ। ਪੈਂਤੜੇਬਾਜ਼ ਦਾ ਪ੍ਰਕਾਸ਼ਨ ਸਾਲ ਦੱਸਿਆ ਜਾਵੇ, ਪੈਂਤੜੇਬਾਜ਼ ਸੰਗ੍ਰਹਿ ਦਾ। ਆਪਸ਼ਨ ਇਹ ਹੈ ਜੀ 1980, ਬੀ 1981, ਸੀ 1982, ਡੀ 1983। ਪ੍ਰਸ਼ਨ ਨੰਬਰ 6 ਲਈ ਆਂਸਰ ਕਰੋ। 6 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ, ਪੈਂਤੜੇਬਾਜ਼ ਦਾ ਪ੍ਰਕਾਸ਼ਨ ਸਾਲ ਚੁਣੋ। ਸੋ ਜਿਨ੍ਹਾਂ ਦਾ ਆਂਸਰ ਆ ਰਿਹਾ 6 ਨੰਬਰ ਦੇ ਲਈ 1982 ਸਭ ਦਾ ਸਹੀ ਹੈ। ਕੁਐਸਚਨ ਨੰਬਰ 7 ਵੱਲ ਵੱਧਦੇ ਹਾਂ, ਬਲਵੰਤ ਗਾਰਗੀ ਨੇ ਸਭ ਤੋਂ ਪਹਿਲਾਂ ਕਿਹੜੀ ਭਾਸ਼ਾ ਵਿੱਚ ਲਿਖਣਾ ਸ਼ੁਰੂ ਕੀਤਾ ਸੀ? ਆਪਸ਼ਨ ਏ ਉਰਦੂ, ਬੀ ਪੰਜਾਬੀ, ਸੀ ਹਿੰਦੀ, ਡੀ ਅੰਗਰੇਜ਼ੀ। ਪ੍ਰਸ਼ਨ ਨੰਬਰ 7 ਲਈ ਆਂਸਰ ਕਰੋ, ਕਿਸ ਭਾਸ਼ਾ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਸੀ ਬਲਵੰਤ ਗਾਰਗੀ ਨੇ ਸ਼ੁਰੂ ਦੇ ਵਿੱਚ? ਹਾਂਜੀ, ਅੰਗਰੇਜ਼ੀ ਭਾਸ਼ਾ ਵਿੱਚ ਲਿਖਣਾ ਸ਼ੁਰੂ ਕੀਤਾ, ਆਪਸ਼ਨ ਡੀ ਹੋਵੇਗਾ ਸਹੀ ਆਂਸਰ। ਕੁਐਸਚਨ ਨੰਬਰ 8, ਪੰਜਾਬੀ ਵਿੱਚ ਸਭ ਤੋਂ ਪਹਿਲਾਂ ਮਨੋਵਿਗਿਆਨਕ ਨਾਟਕ ਲਿਖਣਾ ਕਿਸ ਨੇ ਆਰੰਭ ਕੀਤਾ? ਆਪਸ਼ਨ ਏ ਹਰਚਰਨ ਸਿੰਘ, ਬੀ ਆਈਸੀ ਨੰਦਾ, ਸੀ ਬਲਵੰਤ ਗਾਰਗੀ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਐਸਚਨ ਨੰਬਰ 8 ਲਈ ਆਂਸਰ ਕਰੋ, ਸਭ ਤੋਂ ਪਹਿਲਾਂ ਮਨੋਵਿਗਿਆਨਕ ਨਾਟਕ ਲਿਖਣ ਦਾ ਜਿਹੜਾ ਸਿਰ ਹੈ ਉਹ ਵਹਿਦਾ ਹੈ ਬਲਵੰਤ ਗਾਰਗੀ ਦੇ ਸਿਰ। ਕੁਐਸਚਨ ਨੰਬਰ 9, ਪੰਜਾਬੀ ਵਿੱਚ ਰੇਖਾ ਚਿੱਤਰ ਲਿਖਣ ਦੀ ਪਿਰਤ ਕਿਸ ਨੇ ਪਾਈ? ਆਪਸ਼ਨ ਏ ਹਰਚਰਨ ਸਿੰਘ, ਬੀ ਆਈ ਸੀ ਨੰਦਾ, ਸੀ ਬਲਵੰਤ ਗਾਰਗੀ, ਅਤੇ ਡੀ ਦਲੀਪ ਕੌਰ ਟਿਵਾਣਾ। ਇਹ ਪ੍ਰਸ਼ਨ ਵੀ ਸ਼ੰਕਾਪੂਰਨ ਹੀ ਰਿਹਾ ਹੈ ਅਤੇ ਰਹਿੰਦਾ ਹੈ, ਆਈ ਥਿੰਕ ਅੱਗੇ ਵੀ ਰਹੇਗਾ। ਉਹਦਾ ਕਾਰਨ ਇਹੀ ਹੈ ਕਿ ਇਹਦੇ ਵੀ ਅੱਡ ਅੱਡ ਆਂਸਰ ਮਿਲਦੇ ਆ। ਬਲਵੰਤ ਗਾਰਗੀ ਆਂਸਰ ਵੀ ਮਿਲਦਾ ਹੈ ਕਾਫੀ ਕਿਤਾਬਾਂ ਦੇ ਵਿੱਚ। ਇਸ ਤੋਂ ਇਲਾਵਾ ਆਈ ਥਿੰਕ 3704 ਦੇ ਵਿੱਚ ਪੁੱਛਿਆ ਗਿਆ ਜਾਂ ਫਿਰ ਮੈਰੀਟੋਰੀਅਸ ਦੇ ਵਿੱਚ, ਐਗਜੈਕਟ ਮੈਨੂੰ ਯਾਦ ਨਹੀਂ ਆ ਰਿਹਾ, ਤਾਂ ਆਂਸਰ ਤੇਜਾ ਸਿੰਘ ਕੀਤਾ ਗਿਆ ਹੈ। ਸੋ ਯਾਦ ਰੱਖਿਓ, ਜੇਕਰ ਆਪਸ਼ਨ ਦੇ ਵਿੱਚ ਤੇਜਾ ਸਿੰਘ ਹੈ ਤਾਂ ਫਿਰ ਸਹੀ ਹੋਵੇਗਾ ਆਂਸਰ ਤੇਜਾ ਸਿੰਘ। ਕੁਐਸਚਨ ਨੰਬਰ 10 ਵੱਲ ਵਧਣ ਤੋਂ ਪਹਿਲਾਂ ਨੋਟ ਕਰੋ ਕਿ ਬਲਵੰਤ ਗਾਰਗੀ ਨੇ ਨਿੰਮ ਦੇ ਪੱਤੇ ਤੋਂ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ 10 ਨੰਬਰ ਕੁਐਸਚਨ ਹੈ ਜੀ ਆਪਣੇ ਕੋਲ, ਬਲਵੰਤ ਗਾਰਗੀ ਨੂੰ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ? ਆਪਸ਼ਨ ਹੈ 1958, ਬੀ 1960, ਸੀ 1961, ਡੀ 1962।
ਪ੍ਰਸ਼ਨ ਨੰਬਰ 10 ਲਈ ਆਨਸਰ ਕਰਿਆ ਜਾਵੇ। ਬਲਵੰਤ ਗਾਰਗੀ ਨੂੰ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ ਜੀ? 1962 ਦੇ ਵਿੱਚ ਮਿਲਿਆ। ਸੋ ਜਿਹੜੇ ਆਨਸਰ ਆਪਸ਼ਨ ਡੀ ਕਰ ਰਹੇ ਨੇ ਸਾਰੇ ਬਿਲਕੁਲ ਠੀਕ ਨੇ। ਕੁਐਸਚਨ ਨੰਬਰ 11, ਬਲਵੰਤ ਗਾਰਗੀ ਨੂੰ ਸਾਹਿਤ ਅਕਾਦਮੀ ਅਵਾਰਡ ਕਿਸ ਰਚਨਾ ਦੇ ਲਈ ਮਿਲਿਆ? ਆਪਸ਼ਨ ਏ ਕੁਆਰਿਟੀ, ਸੀ ਬੀ ਰੰਗਮੰਚ, ਸੀ ਨੰਗੀ ਧੁੱਪ ਅਤੇ ਡੀ ਸ਼ੈਲ ਪੱਤਰ। ਕੁਐਸਚਨ ਨੰਬਰ 11 ਲਈ ਆਨਸਰ ਚੁਣੋ। ਸਾਹਿਤ ਅਕਾਦਮੀ ਅਵਾਰਡ ਕਿਸ ਰਚਨਾ ਦੇ ਲਈ ਮਿਲਿਆ ਬਲਵੰਤ ਗਾਰਗੀ ਨੂੰ? ਸੋ ਜਿਹੜੇ ਆਨਸਰ ਕਰ ਰਹੇ ਨੇ ਰੰਗਮੰਚ ਬਿਲਕੁਲ ਸਹੀ ਆਨਸਰ ਹੈ ਜੀ। ਕੁਐਸਚਨ ਨੰਬਰ 12 ਨੰਬਰ ਹੈ ਜੀ, ਬਲਵੰਤ ਗਾਰਗੀ ਨੂੰ ਪਦਮ ਸ਼੍ਰੀ ਅਵਾਰਡ ਕਦੋਂ ਮਿਲਿਆ? ਆਪਸ਼ਨ ਏ 1971, ਬੀ 1972, ਸੀ 1973 ਅਤੇ ਡੀ 1974। ਸਹੀ ਆਨਸਰ ਕਰਿਆ ਜਾਵੇ ਕੁਐਸਚਨ ਨੰਬਰ 12 ਦੇ ਲਈ। ਹਾਂਜੀ, 12 ਨੰਬਰ ਲਈ ਆਨਸਰ ਕਰੋ। 12 ਨੰਬਰ ਦੇ ਲਈ ਵੀ ਅੱਡ ਅੱਡ ਆਨਸਰ ਮਿਲਦੇ ਨੇ 1972 ਅਤੇ 1973, ਪਰ ਪਦਮ ਸ਼੍ਰੀ ਅਵਾਰਡ ਦੇਣ ਵਾਲੀ ਸੰਸਥਾ ਖੁਦ ਦੱਸ ਰਹੀ ਹੈ ਕਿ 1973 ਦੇ ਵਿੱਚ ਮਿਲਿਆ। ਸੋ ਆਪਸ਼ਨ ਸੀ ਆਨਸਰ ਕਰਨਾ ਜ਼ਿਆਦਾ ਸਹੀ ਹੋਵੇਗਾ। ਕੁਐਸਚਨ ਨੰਬਰ 13, ਬਲਵੰਤ ਗਾਰਗੀ ਨੂੰ ਭਾਸ਼ਾ ਵਿਭਾਗ ਵੱਲੋਂ ਕਦੋਂ ਸਨਮਾਨਿਤ ਕੀਤਾ ਗਿਆ? ਆਪਸ਼ਨ ਏ 1958, ਬੀ 1960, ਸੀ 1962 ਅਤੇ ਡੀ 1964। ਸਹੀ ਆਨਸਰ ਕੁਐਸਚਨ ਨੰਬਰ 13 ਲਈ ਜੀ। ਪ੍ਰਸ਼ਨ ਨੰਬਰ 13 ਦੇ ਲਈ ਸਹੀ ਆਨਸਰ ਕਰਿਆ ਜਾਵੇ। ਹਾਂਜੀ, 13 ਨੰਬਰ ਦੇ ਲਈ ਜਿਨ੍ਹਾਂ ਨੇ ਵੀ ਆਨਸਰ ਕੀਤਾ ਹੈ 1958 ਸਹੀ ਆਨਸਰ ਹੋਵੇਗਾ। ਕੁਐਸਚਨ ਨੰਬਰ 14 ਵੱਲ ਵੱਧਦੇ ਹਾਂ ਜੀ। ਰੰਗਮੰਚ ਦੀ ਵਿਧਾ ਕੀ ਹੈ? ਆਪਸ਼ਨ ਏ ਕਹਾਣੀ ਸੰਗ੍ਰਹਿ, ਬੀ ਨਾਟਕ ਸੰਗ੍ਰਹਿ, ਸੀ ਇਕਾਂਗੀ ਸੰਗ੍ਰਹਿ, ਡੀ ਖੋਜ ਪੁਸਤਕ। ਪ੍ਰਸ਼ਨ ਨੰਬਰ 14 ਲਈ ਸਹੀ ਆਨਸਰ ਚੁਣਿਆ ਜਾਵੇ। ਹਾਂਜੀ, 14 ਨੰਬਰ ਲਈ ਸਹੀ ਆਨਸਰ ਕਰੋ। ਰੰਗਮੰਚ ਦੀ ਵਿਧਾ, ਰੰਗਮੰਚ ਹੈ ਜੀ ਇੱਕ ਖੋਜ ਪੁਸਤਕ, ਬਿਲਕੁਲ ਸਹੀ ਆਨਸਰ ਹੈ ਜੀ ਆਪਸ਼ਨ ਡੀ। ਕੁਐਸਚਨ ਨੰਬਰ 15 ਵੱਲ ਵੱਧਦੇ ਹਾਂ ਜੀ। ਗਾਰਗੀ ਦੀ ਵਧੇਰੇ ਪ੍ਰਸਿੱਧੀ ਕਿਸ ਲਈ ਹੋਈ? ਆਪਸ਼ਨ ਏ ਸਾਹਿਤਕ ਨਾਟਕਕਾਰ, ਬੀ ਨਾਰੀਵਾਦੀ ਰਚਨਾਵਾਂ, ਸੀ ਦੇਸ਼ ਪਿਆਰ ਸੰਬੰਧੀ ਨਾਟਕ, ਡੀ ਮਨੋਵਿਗਿਆਨਕ ਨਾਟਕਾਂ ਕਰਕੇ। ਹਾਂਜੀ, ਸਹੀ ਆਨਸਰ 15 ਨੰਬਰ ਲਈ ਚੁਣਿਆ ਜਾਵੇ। ਬਲਵੰਤ ਗਾਰਗੀ ਦੀ ਪ੍ਰਸਿੱਧੀ ਮਨੋਵਿਗਿਆਨਕ ਨਾਟਕਾਂ ਦੇ ਕਾਰਨ ਹੋਈ। ਸੋ ਆਪਸ਼ਨ ਡੀ ਹੋਵੇਗਾ ਕੁਰੈਕਟ ਆਨਸਰ। ਜਿਨ੍ਹਾਂ ਨੇ ਡੀ ਚੁਣਿਆ ਸਭ ਦਾ ਹੈ ਠੀਕ। ਇਸ ਤੋਂ ਇਲਾਵਾ ਨੋਟ ਕਰੋ ਕਿ ਅੰਤਰਰਾਸ਼ਟਰੀ ਲੇਖਕ ਹੋਣ ਦੇ ਕਰਕੇ ਵੀ ਪ੍ਰਸਿੱਧੀ ਪ੍ਰਾਪਤ ਹੋਈ ਹੈ ਬਲਵੰਤ ਗਾਰਗੀ ਨੂੰ। ਕੁਐਸਚਨ ਨੰਬਰ 16, ਗਾਰਗੀ ਨੇ ਕਿਸ ਦੇ ਪ੍ਰਭਾਵ ਹੇਠ ਲਿਖਣਾ ਸ਼ੁਰੂ ਕੀਤਾ? ਆਪਸ਼ਨ ਏ ਪ੍ਰੀਤਲੜੀ, ਬੀ ਰਵਿੰਦਰ ਨਾਥ ਟੈਗੋਰ, ਸੀ ਦੋਹਾਂ ਦੇ ਅਤੇ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਪ੍ਰਸ਼ਨ ਨੰਬਰ 16 ਲਈ ਆਨਸਰ ਕਰੋ। ਬਲਵੰਤ ਗਾਰਗੀ ਨੇ ਕਿਸ ਦੇ ਪ੍ਰਭਾਵ ਹੇਠ ਲਿਖਣਾ ਸ਼ੁਰੂ ਕੀਤਾ? ਹਾਂਜੀ, ਬਲਵੰਤ ਗਾਰਗੀ ਨੇ ਉਪਰੋਕਤ ਦੋਹਾਂ ਦੇ ਪ੍ਰਭਾਵ ਹੇਠ ਲਿਖਣਾ ਸ਼ੁਰੂ ਕੀਤਾ, ਆਪਸ਼ਨ ਸੀ ਹੋਵੇਗਾ ਸਹੀ। ਕੁਐਸਚਨ ਨੰਬਰ 17, ਗਾਰਗੀ ਦਾ ਪ੍ਰਸਿੱਧ ਨਾਟਕ ਕਿਹੜਾ ਹੈ? ਆਪਸ਼ਨ ਏ ਲੋਹਾ ਕੁੱਟ, ਬੀ ਗਗਨ ਮਿਥਾਲ, ਸੀ ਕਣਕ ਦੀ ਬੱਲੀ ਅਤੇ ਡੀ ਉਪਰੋਕਤ ਸਾਰੇ। ਇਹ ਦਿੱਤੇ ਗਏ ਸਾਰੇ ਹੀ ਨਾਟਕ ਜਿਹੜੇ ਨੇ ਬਹੁਤ ਜ਼ਿਆਦਾ ਪ੍ਰਸਿੱਧ ਨੇ ਬਲਵੰਤ ਗਾਰਗੀ ਦੇ। ਸੋ ਆਪਸ਼ਨ ਉਪਰੋਕਤ ਸਾਰੇ ਜ਼ਿਆਦਾ ਸਹੀ ਹੋਵੇਗਾ। ਕੁਐਸਚਨ ਨੰਬਰ 18, ਬਲਵੰਤ ਗਾਰਗੀ ਦਾ ਜਨਮ ਕਿੱਥੇ ਹੋਇਆ ਜਾਂ ਫਿਰ ਬਲਵੰਤ ਗਾਰਗੀ ਦਾ ਸੰਬੰਧ ਕਿਸ ਜ਼ਿਲ੍ਹੇ ਦੇ ਨਾਲ ਹੈ? ਇਹ ਕੁਐਸਚਨ ਜ਼ਰੂਰ ਯਾਦ ਰੱਖਿਆ ਜੀ। ਆਪਸ਼ਨ ਏ ਲਾਹੌਰ, ਬੀ ਅੰਮ੍ਰਿਤਸਰ, ਸੀ ਗੁਰਦਾਸਪੁਰ, ਡੀ ਬਠਿੰਡਾ। ਪ੍ਰਸ਼ਨ ਨੰਬਰ 18 ਦੇ ਲਈ ਆਨਸਰ ਚੁਣਿਆ ਜਾਵੇ। ਬਲਵੰਤ ਗਾਰਗੀ ਦਾ ਸੰਬੰਧ ਕਿਸ ਜ਼ਿਲ੍ਹੇ ਨਾਲ ਹੈ ਜਾਂ ਬਲਵੰਤ ਗਾਰਗੀ ਦਾ ਜਨਮ ਕਿੱਥੇ ਹੋਇਆ? ਦੋਹਾਂ ਸਿਚੁਏਸ਼ਨ ਦੇ ਵਿੱਚ ਸੇਮ ਆਨਸਰ ਹੋਵੇਗਾ ਬਠਿੰਡਾ, ਆਪਸ਼ਨ ਡੀ। ਕੁਐਸਚਨ ਨੰਬਰ 19, ਕੱਕਾ ਰੇਤਾ ਦੀ ਵਿਧਾ ਕੀ ਹੈ? ਆਪਸ਼ਨ ਏ ਨਾਟਕ, ਬੀ ਨਾਵਲ, ਸੀ ਕਹਾਣੀ, ਡੀ ਇਕਾਂਗੀ। ਪ੍ਰਸ਼ਨ ਨੰਬਰ 19 ਲਈ ਸਹੀ ਆਨਸਰ ਕਰਿਆ ਜਾਵੇ। ਕੱਕਾ ਰੇਤਾ ਵਿਧਾ ਪੁੱਛੀ ਗਈ ਹੈ, ਕੱਕਾ ਰੇਤਾ ਦੀ ਵਿਧਾ ਨਾਟਕ
ਸੋਰੀ ਨਾਵਲ ਕੱਕਾ ਰੇਤਾ ਜੀ ਨਾਵਲ ਆਪਸ਼ਨ ਬੀ ਹੋਵੇਗਾ ਕੁਰੈਕਟ ਆਂਸਰ। ਕੁਐਸਚਨ ਨੰਬਰ 20 ਪਤਾਲ ਦੀ ਧਰਤੀ ਦੀ ਵਿਧਾ ਪੁੱਛੀ ਗਈ ਆ ਆਪਸ਼ਨ ਏ ਨਾਵਲ ਬੀ ਕਹਾਣੀ ਸੀ ਕਾਂਗੀ ਡੀ ਸਫ਼ਰਨਾਮਾ। ਪ੍ਰਸ਼ਨ ਨੰਬਰ 20 ਲਈ ਆਂਸਰ ਚੁਣਿਆ ਜਾਵੇ ਪਤਾਲ ਦੀ ਧਰਤੀ ਹੈ ਜੀ ਪ੍ਰਸਿੱਧ ਸਫ਼ਰਨਾਮਾ ਬਲਵੰਤ ਗਾਰਗੀ ਦਾ ਆਪਸ਼ਨ ਡੀ ਹੋਵੇਗਾ ਸਹੀ ਆਂਸਰ। ਕੁਐਸਚਨ ਨੰਬਰ 21 ਹਾਂ ਗਾਰਗੀ ਦੇ ਲੋਕ ਕਥਾਵਾਂ 'ਤੇ ਆਧਾਰਿਤ ਨਾਟਕ ਕਿਹੜੇ ਹਨ ਆਪਸ਼ਨ ਏ ਸੋਹਣੀ ਮਹੀਵਾਲ ਬੀ ਮਿਰਜ਼ਾ ਸਾਹਿਬਾ ਸੀ ਦੋਵੇਂ ਅਤੇ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਐਸਚਨ ਨੰਬਰ 22 ਲਈ ਕਰੋ ਆਂਸਰ ਉਪਰੋਕਤ ਦੋਵੇਂ ਹੀ ਨਾਟਕ ਲੋਕ ਕਥਾਵਾਂ 'ਤੇ ਆਧਾਰਿਤ ਨੇ ਆਪਸ਼ਨ ਸੀ ਹੋਵੇਗਾ ਕੁਰੈਕਟ ਆਂਸਰ। ਕੁਐਸਚਨ ਨੰਬਰ 22 ਵੱਲ ਵੱਧਦੇ ਹਾਂ ਗਾਰਗੀ ਦਾ ਇਤਿਹਾਸਿਕ ਨਾਟਕ ਕਿਹੜਾ ਹੈ ਆਪਸ਼ਨ ਏ ਗਗਨ ਮਿਥਾਲ ਬੀ ਸ਼ੈਲ ਪੱਤਰ ਸੀ ਮਿਰਜ਼ਾ ਸਾਹਿਬਾਂ ਅਤੇ ਡੀ ਸੁਲਤਾਨ ਰਜੀਆ। ਕੁਐਸਚਨ ਨੰਬਰ 22 ਲਈ ਆਂਸਰ ਕਰੋ ਇਤਿਹਾਸਿਕ ਨਾਟਕ ਨਾਂ ਤੋਂ ਹੀ ਪਤਾ ਲੱਗ ਗਿਆ ਹੋਣਾ ਜੀ ਬਿਲਕੁਲ ਠੀਕ ਹੈ ਜਿਹੜੇ ਆਂਸਰ ਕਰ ਰਹੇ ਨੇ ਸੁਲਤਾਨ ਰਜੀਆ ਆਪਸ਼ਨ ਡੀ ਬਿਲਕੁਲ ਸਹੀ ਹੈ। ਇਹ ਵਾਲਾ ਨਾਟਕ ਹੈ ਜੀ ਜੋ ਦੋ ਐਕਟ ਦੇ ਵਿੱਚ ਹੈ ਜੀ। ਕੁਐਸਚਨ ਨੰਬਰ 23 ਡੁੱਲੇ ਬੇਰ ਦੀ ਵਿਧਾ ਪੁੱਛੀ ਹੈ ਆਪਸ਼ਨ ਏ ਨਾਵਲ ਬੀ ਕਹਾਣੀ ਸੰਗ੍ਰਹਿ ਸੀ ਨਾਟਕ ਅਤੇ ਡੀ ਇਕਾਂਗੀ ਸੰਗ੍ਰਹਿ। ਕੁਐਸਚਨ ਨੰਬਰ 23 ਲਈ ਆਂਸਰ ਕਰੋ ਡੁੱਲੇ ਬੇਰ ਇਸ ਦੀ ਵਿਧਾ ਪੁੱਛੀ ਗਈ ਹੈ ਇਹ ਹੈ ਜੀ ਕਹਾਣੀ ਸੰਗ੍ਰਹਿ ਆਪਸ਼ਨ ਬੀ ਹੋਵੇਗਾ ਸਹੀ ਆਂਸਰ। ਕੁਐਸਚਨ ਨੰਬਰ 23 ਤੋਂ ਬਾਅਦ 24 ਨੰਬਰ ਸਭ ਤੋਂ ਵੱਧ ਸਟੇਜ 'ਤੇ ਖੇਡੇ ਜਾਣ ਵਾਲੇ ਨਾਟਕ ਕਿਸ ਨੇ ਲਿਖੇ ਆਪਸ਼ਨ ਏ ਬਲਵੰਤ ਗਾਰਗੀ ਬੀ ਆਈ ਸੀ ਨੰਦਾ ਸੀ ਸੰਤ ਸਿੰਘ ਸੇਖੋ ਅਤੇ ਡੀ ਅਜਮੇਰ ਸਿੰਘ ਔਲਕ। ਕੁਐਸਚਨ ਨੰਬਰ 24 ਲਈ ਆਂਸਰ ਕਰਿਆ ਜਾਵੇ ਹਾਂਜੀ ਸਭ ਤੋਂ ਵਧੇਰੇ ਸਟੇਜ 'ਤੇ ਖੇਡੇ ਜਾਣ ਵਾਲੇ ਨਾਟਕ ਕਿਸ ਨੇ ਲਿਖੇ ਹਨ ਇਹ ਲਿਖੇ ਗਏ ਜੀ ਸਭ ਤੋਂ ਵਧੇਰੇ ਸਟੇਜ 'ਤੇ ਖੇਡੇ ਜਾਣ ਵਾਲੇ ਨਾਟਕ ਜੀ ਔਲਕ ਦੁਆਰਾ ਲਿਖੇ ਗਏ ਨੇ ਇਹ ਕੁਐਸਚਨ ਕਨਫਿਊਜ਼ ਕਰਨ ਦੇ ਲਈ ਹੀ ਮੈਨਸ਼ਨ ਕੀਤਾ ਗਿਆ ਹੈ ਜੀ ਜੀ ਅਜਮੇਰ ਸਿੰਘ ਔਲਖ ਹੀ ਕੁਰੈਕਟ ਆਂਸਰ ਹੋਵੇਗਾ ਸਟੇਜ 'ਤੇ ਘੱਟ ਵਾਲੇ ਸੰਤ ਸਿੰਘ ਸੇਖੋਂ ਹੋਵੇਗਾ ਆਂਸਰ। ਕੁਐਸਚਨ ਨੰਬਰ 25 ਸੁਰਮੇ ਵਾਲੀ ਅੱਖ ਕੌਡੀਆਂ ਵਾਲਾ ਸੱਪ ਇਹਨਾਂ ਦੀ ਵਿਧਾ ਕੀ ਹੈ ਆਪਸ਼ਨ ਏ ਕਹਾਣੀ ਬੀ ਨਾਟਕ ਸੀ ਇਕਾਂਗੀ ਡੀ ਰੇਖਾ ਚਿੱਤਰ। ਕੁਐਸਚਨ ਨੰਬਰ 25 ਲਈ ਆਂਸਰ ਕਰੋ 25 ਨੰਬਰ ਲਈ ਸਹੀ ਆਂਸਰ ਕਰਿਆ ਜਾਵੇ ਇਹ ਸਾਰੇ ਕੀ ਨੇ ਇਹ ਨੇ ਰੇਖਾ ਚਿੱਤਰ ਆਪਸ਼ਨ ਡੀ ਹੋਵੇਗਾ ਸਹੀ ਆਂਸਰ। ਕੁਐਸਚਨ ਨੰਬਰ 26 ਕਾਲਾ ਅੰਬ ਹੈ ਆਪਸ਼ਨ ਏ ਨਾਟਕ ਸੰਗ੍ਰਹਿ ਨਾਟਕ ਆਉਣਾ ਸੀ ਇਕੱਲਾ ਨਾਟਕ ਸੰਗ੍ਰਹਿ ਨਹੀਂ ਨਾਟਕ ਬੀ ਇਕਾਂਗੀ ਸੰਗ੍ਰਹਿ ਸੀ ਕਹਾਣੀ ਸੰਗ੍ਰਹਿ ਅਤੇ ਡੀ ਨਾਵਲ। ਕੁਐਸਚਨ ਨੰਬਰ 26 ਲਈ ਆਂਸਰ ਕਰੋ ਕਾਲਾ ਅੰਬ ਦੀ ਵਿਧਾ ਪੁੱਛੀ ਗਈ ਹੈ ਕਾਲਾ ਅੰਬ ਹੈ ਜੀ ਇੱਕ ਕਹਾਣੀ ਸੰਗ੍ਰਹਿ ਸੋ ਆਪਸ਼ਨ ਸੀ ਹੋਵੇਗਾ ਬਿਲਕੁਲ ਠੀਕ ਬਾਕੀ ਨੋਟ ਕਰਨ। ਕੁਐਸਚਨ ਨੰਬਰ 27 ਵੱਲ ਵੱਧਦੇ ਹਾਂ ਕਿਹੜਾ ਨਾਟਕ ਅਮਰੀਕੀ ਸੱਭਿਅਤਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਗਿਆ ਆਪਸ਼ਨ ਏ ਨਵਾਂ ਮੁੱਢ ਬੀ ਧੂਣੀ ਦੇ ਅੱਗ ਸੀ ਬਿਸਵੇਦਾਰ ਅਤੇ ਡੀ ਸ਼ੌਂਕਣ। ਕੁਐਸਚਨ ਨੰਬਰ 27 ਲਈ ਆਂਸਰ ਕਰੋ 27 ਨੰਬਰ ਦੇ ਲਈ ਆਂਸਰ ਚੁਣਿਆ ਜਾਵੇ ਕਿਹੜਾ ਨਾਟਕ ਅਮਰੀਕਾ ਦੀ ਸੱਭਿਅਤਾ ਤੋਂ ਪ੍ਰਭਾਵਿਤ ਹੈ ਜੀ ਧੂਣੀ ਦੀ ਅੱਗ ਜਿਨ੍ਹਾਂ ਨੇ ਆਂਸਰ ਕਰਿਆ ਬਿਲਕੁਲ ਠੀਕ ਹੈ ਆਪਸ਼ਨ ਬੀ। ਕੁਐਸਚਨ ਨੰਬਰ 28 ਕਲਾਕਾਰ ਦੇ ਜੀਵਨ ਨਾਲ ਸੰਬੰਧਿਤ ਨਾਟਕ ਕਿਹੜਾ ਹੈ ਆਪਸ਼ਨ ਏ ਲੋਹਾ ਕੁੱਟ ਬੀ ਘੁੱਗੀ ਸੀ ਸ਼ੈਲ ਪੱਥਰ ਅਤੇ ਡੀ ਸ਼ੌਂਕਣ। ਕੁਐਸਚਨ ਨੰਬਰ 28 ਲਈ ਆਂਸਰ ਕਰੋ ਕਲਾਕਾਰ ਦੇ ਜੀਵਨ ਦੇ ਨਾਲ ਸੰਬੰਧ ਕਿਸ ਨਾਟਕ ਦਾ ਹੈ ਇਹ ਜੀ ਸ਼ੈਲ ਪੱਥਰ ਆਪਸ਼ਨ ਸੀ ਜਿਨ੍ਹਾਂ ਨੇ ਆਂਸਰ ਚੁਣਿਆ ਸਭ ਦਾ ਠੀਕ ਹੈ। ਕੁਐਸਚਨ ਨੰਬਰ 29 ਵੱਲ ਵੱਧਦੇ ਹਾਂ ਦਾ ਨੇਕਡ ਟ੍ਰਾਇੰਗਲ ਪੁਸਤਕ ਕਿਸ ਨਾਂ ਹੇਠ ਅਨੁਵਾਦ ਕੀਤਾ ਹਾਂਜੀ ਦਾ ਨੇਕਡ ਪੁਸਤਕ ਦਾ ਕਿਸ ਨਾਂ ਹੇਠ ਅਨੁਵਾਦ ਕੀਤਾ ਗਿਆ ਬਲਵੰਤ ਗਾਰਗੀ ਦੁਆਰਾ ਆਪਸ਼ਨ ਏ ਕੱਕਾ ਰੇਤਾ ਬੀ ਨੰਗੀ ਧੁੱਪ ਸੀ ਦੋਵੇਂ ਅਤੇ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਐਸਚਨ ਨੰਬਰ
ਨੱਤੀ ਦੇ ਲਈ ਨੰਗੀ ਧੁੱਪ ਆਪਸ਼ਨ ਬੀ ਕੁਰੈਕਟ ਆਂਸਰ ਹੋ ਜਾਵੇਗਾ। ਕੁਸ਼ਚਨ ਨੰਬਰ 30, ਧੂਣੀ ਦੀ ਅੱਗ ਕਦੋਂ ਪ੍ਰਕਾਸ਼ਿਤ ਹੋਇਆ? ਆਪਸ਼ਨ 1973, ਬੀ 1975, ਸੀ 1977, ਡੀ 1979। ਪ੍ਰਸ਼ਨ ਨੰਬਰ 30 ਲਈ ਆਂਸਰ ਕਰੋ। ਧੂਣੀ ਦੀ ਅੱਗ ਦਾ ਪ੍ਰਕਾਸ਼ਨ ਸਾਲ ਪੁੱਛਿਆ ਗਿਆ ਹੈ, ਸੋ 30 ਨੰਬਰ ਦੇ ਲਈ ਜਿਹੜੇ ਵੀ ਆਂਸਰ ਕਰ ਰਹੇ ਨੇ ਆਪਸ਼ਨ ਸੀ 1977। ਹਾਂਜੀ, 1977 ਕੁਰੈਕਟ ਆਂਸਰ ਹੈ। ਕੁਸ਼ਚਨ ਨੰਬਰ 31 ਵੱਲ ਵੱਧਦੇ ਹਾਂ ਜੀ। ਗਾਰਗੀ ਕਿਸ ਵਿਭਾਗ ਦੇ ਮੁਖੀ ਵੀ ਰਹੇ? ਆਪਸ਼ਨ ਹੈ ਇੰਡੀਅਨ ਥੀਏਟਰ ਪੰਜਾਬ ਯੂਨੀਵਰਸਿਟੀ, ਬੀ ਇੰਡੀਅਨ ਥੀਏਟਰ ਪੰਜਾਬੀ ਯੂਨੀਵਰਸਿਟੀ, ਸੀ ਇੰਡੀਅਨ ਥੀਏਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਤੇ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਸ਼ਚਨ ਨੰਬਰ 31 ਲਈ ਆਂਸਰ ਕਰਿਆ ਜਾਵੇ। ਹਾਂਜੀ, ਕਿਸ ਵਿਭਾਗ ਦੇ ਮੁਖੀ ਰਹੇ? ਇਹ ਰਹੇ ਜੀ ਇੰਡੀਅਨ ਥੀਏਟਰ ਪੰਜਾਬ ਯੂਨੀਵਰਸਿਟੀ ਦੇ। ਆਪਸ਼ਨ ਏ ਹੋਵੇਗਾ ਕੁਰੈਕਟ ਆਂਸਰ। 33 ਨੰਬਰ ਕੁਸ਼ਚਨ ਹੈ ਜੀ, ਗਾਰਗੀ, ਹਰਚਰਨ ਅਤੇ ਡੈਸ਼ ਦੇ ਵਿਚਕਾਰ ਖੜਾ ਨਾਟਕਕਾਰ ਹੈ? ਹਾਂਜੀ, ਬਲਵੰਤ ਗਾਰਗੀ, ਹਰਚਰਨ ਅਤੇ ਡੈਸ਼ ਦੇ ਵਿਚਕਾਰ ਖੜਾ ਨਾਟਕਕਾਰ ਹੈ, ਕਿਸ ਦੇ ਵਿਚਕਾਰ? ਆਪਸ਼ਨ ਏ ਆਈ ਸੀ ਨੰਦਾ, ਬੀ ਸੰਤੋਖ ਸਿੰਘ ਧੀਰ, ਸੀ ਸੰਤ ਸਿੰਘ ਸੇਖੋਂ, ਅਤੇ ਡੀ ਗੁਰਚਰਨ ਸਿੰਘ। ਕੁਸ਼ਚਨ ਨੰਬਰ 32 ਲਈ ਆਂਸਰ ਕਰੋ। 32 ਨੰਬਰ ਲਈ ਸਹੀ ਆਂਸਰ ਕਰਿਆ ਜਾਵੇ। ਗਾਰਗੀ ਜੋ ਹੈ ਉਹ ਹਰਚਰਨ ਸਿੰਘ ਅਤੇ ਸੰਤ ਸਿੰਘ ਸੇਖੋਂ ਦੇ ਵਿਚਕਾਰ ਖੜਾ ਨਾਟਕਕਾਰ ਹੈ। ਸੀ ਆਪਸ਼ਨ ਹੋਵੇਗਾ ਕੁਰੈਕਟ ਆਂਸਰ, ਸੰਤ ਸਿੰਘ ਸੇਖੋਂ ਖਾਲੀ ਥਾਂ ਦੇ ਵਿੱਚ ਆਵੇਗਾ। ਕੁਸ਼ਚਨ ਨੰਬਰ 33 ਹੈ ਜੀ, ਬਲਵੰਤ ਗਾਰਗੀ ਦੀ ਪਹਿਲੀ ਰਚਨਾ ਹੈ? ਪਹਿਲੀ ਰਚਨਾ ਪੁੱਛੀ ਗਈ ਹੈ ਇੱਥੇ, ਨਾ ਨਾਟਕ, ਨਾ ਕਹਾਣੀ, ਨਾ ਕੁਛ ਹੋਰ, ਠੀਕ ਹੈ ਜੀ। ਆਪਸ਼ਨ ਏ ਹੈ ਜੀ ਟੁੱਟਿਆ ਤਾਰਾ, ਬੀ ਹਜਾਮਤ, ਸੀ ਲੋਹਾ ਕੁੱਟ, ਅਤੇ ਡੀ ਘੁੱਗੀ। ਕੁਸ਼ਚਨ ਨੰਬਰ 33 ਲਈ ਆਂਸਰ ਕਰੋ। ਪਹਿਲੀ ਰਚਨਾ ਮੰਨੀ ਜਾਂਦੀ ਹੈ ਜੀ ਟੁੱਟਿਆ ਤਾਰਾ, ਸੋ ਜਿਨ੍ਹਾਂ ਨੇ ਆਂਸਰ ਆਪਸ਼ਨ ਏ ਕਰਿਆ ਬਿਲਕੁਲ ਠੀਕ ਹੈ, ਬਾਕੀ ਕਰਨ ਜੀ ਨੋਟ ਡਾਊਨ। ਟੁੱਟਿਆ ਤਾਰਾ ਹੈ ਜੀ ਇਹ 26 ਦਰਿਆ ਦੇ ਵਿੱਚ 1942 ਦੇ ਅੰਕ ਦੇ ਵਿੱਚ। ਕੁਸ਼ਚਨ ਨੰਬਰ 34, ਬਲਵੰਤ ਗਾਰਗੀ ਦੀ ਪਹਿਲੀ ਕਹਾਣੀ ਕਿਹੜੀ ਹੈ? ਇੱਥੇ ਕਹਾਣੀ ਪੁੱਛੀ ਗਈ, ਆਪਸ਼ਨ ਏ ਘੁੱਗੀ, ਬੀ ਹਜਾਮਤ, ਸੀ ਲੋਹਾ ਕੁੱਟ, ਅਤੇ ਡੀ ਟੁੱਟਿਆ ਤਾਰਾ। ਕੁਸ਼ਚਨ ਨੰਬਰ 34 ਲਈ ਆਂਸਰ ਕਰੋ। ਪਹਿਲੀ ਕਹਾਣੀ ਦੱਸੀ ਜਾਵੇ ਬਲਵੰਤ ਗਾਰਗੀ ਦੀ। ਹਾਂਜੀ, ਪਹਿਲੀ ਕਹਾਣੀ ਹੈ ਜੀ ਹਜਾਮਤ, ਆਪਸ਼ਨ ਬੀ ਕੁਰੈਕਟ ਆਂਸਰ ਹੈ। ਕੁਸ਼ਚਨ ਨੰਬਰ 35, ਬਲਵੰਤ ਗਾਰਗੀ ਦਾ ਪਹਿਲਾ ਨਾਟਕ ਕਿਹੜਾ ਹੈ? ਆਪਸ਼ਨ ਏ ਟੁੱਟਿਆ ਤਾਰਾ, ਬੀ ਲੋਹਾ ਕੁੱਟ, ਸੀ ਹਜਾਮਤ, ਬੀ ਘੁੱਗੀ। ਕੁਸ਼ਚਨ ਲੱਗਦਾ ਜੀ ਹੋ ਗਿਆ ਰਿਪੀਟ, ਬਟ ਕੋਈ ਗੱਲ ਨਹੀਂ, ਕਰੋ ਆਂਸਰ। ਕੁਸ਼ਚਨ ਨੰਬਰ 35 ਲਈ ਆਂਸਰ ਕਰਿਆ ਜਾਵੇ। ਹਾਂਜੀ, ਰਿਪੀਟ ਹੋਣ ਦਾ ਰੀਜ਼ਨ ਇਹ ਹੈ ਕਿ ਲਗਾਤਾਰ ਪਹਿਲੀ ਵਾਲੇ ਆਂਸਰ ਕੁਸ਼ਚਨ ਚੱਲ ਰਹੇ ਸੀ, ਹੋ ਸਕਦਾ ਇਸ ਕਰਕੇ ਇਸਨੂੰ ਰੱਖ ਦਿੱਤਾ ਗਿਆ। ਠੀਕ ਹੈ, ਬੀ ਆਪਸ਼ਨ ਲੋਹਾ ਕੁੱਟ ਕੁਰੈਕਟ ਆਂਸਰ ਹੋਵੇਗਾ। 36 ਨੰਬਰ ਹੈ, ਬਲਵੰਤ ਗਾਰਗੀ ਸੀ ਆਪਸ਼ਨ ਏ ਲੇਖਕ, ਬੀ ਨਾਟਕਕਾਰ, ਸੀ ਨਿਰਦੇਸ਼ਕ, ਅਤੇ ਡੀ ਉਪਰੋਕਤ ਸਾਰੇ। ਦੇਖੋ ਲੇਖਕ ਸੀ ਬਿਲਕੁਲ ਕਲੀਅਰ ਹੈ, ਨਾਟਕਕਾਰ ਆਪਾਂ ਨਾਟਕਾਂ ਬਾਰੇ ਪਿੱਛੇ ਪੜ੍ਹ ਕੇ ਆਏ ਹਾਂ, ਤਾਂ ਨਿਰਦੇਸ਼ਕ ਜੇ ਪਤਾ ਤੁਹਾਨੂੰ ਤਾਂ ਠੀਕ ਹੈ, ਜੇ ਨਹੀਂ ਪਤਾ ਤਾਂ ਵੀ ਗੈਸ ਕਰ ਸਕਦੇ ਹੋ ਵੀ ਜੇ ਲੇਖਕ ਸੀ ਨਾਟਕਕਾਰ ਸੀ ਤਾਂ ਨਿਰਦੇਸ਼ਕ ਵੀ ਹੋਵੇਗਾ ਹੀ ਹੋਵੇਗਾ, ਇਸੇ ਕਰਕੇ ਉਪਰੋਕਤ ਸਾਰੇ ਆਂਸਰ ਬਣੇਗਾ ਕੁਰੈਕਟ ਆਂਸਰ। ਕੁਸ਼ਚਨ ਨੰਬਰ 37, ਸੋਹਣੀ ਮਹੀਵਾਲ ਕਿੰਨੇ ਅੰਕੀ ਨਾਟਕ ਹੈ? ਆਪਸ਼ਨ ਏ 3, ਬੀ 4, ਸੀ 5, ਡੀ 6। ਕੁਰੈਕਟ ਆਂਸਰ ਕੁਸ਼ਚਨ ਨੰਬਰ 36 ਲਈ ਕਰਿਆ ਜਾਵੇ। 37 ਨੰਬਰ ਲਈ ਕੁਰੈਕਟ ਆਂਸਰ ਕਰੋ। ਸੋਹਣੀ ਮਹੀਵਾਲ ਕਿੰਨੇ ਅੰਕੀ ਨਾਟਕ ਹੈ? ਇਹ ਹੈ ਜੀ 6 ਅੰਕੀ ਨਾਟਕ, ਆਪਸ਼ਨ ਡੀ ਹੋਵੇਗਾ ਆਂਸਰ। ਗਾਰਗੀ ਦਾ ਅਮਨ ਲਹਿਰ ਨਾਲ ਸੰਬੰਧਿਤ ਨਾਟਕ ਕਿਹੜਾ ਹੈ? ਆਪਸ਼ਨ ਏ ਬਿਸਬੇਦਾਰ, ਬੀ ਕੇਸਰੋ, ਸੀ ਨਵਾਂ ਮੁੜ, ਅਤੇ ਡੀ ਘੁੱਗੀ। ਕੁਸ਼ਚਨ ਨੰਬਰ 38 ਲਈ ਆਂਸਰ ਕਰੋ। 38 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ, ਅਮਨ ਲਹਿਰ ਦੇ ਨਾਲ, ਸ਼ਾਂਤੀ ਲਹਿਰ ਨਾਲ ਸੰਬੰਧਿਤ ਨਾਟਕ ਘੁੱਗੀ ਹੈ ਜੀ, ਆਪਸ਼ਨ ਡੀ ਕੁਰੈਕਟ ਆਂਸਰ ਹੈ, ਬਾਕੀ ਨੋਟ ਕਰਨਗੇ। 38 ਨੰਬਰ ਤੋਂ ਬਾਅਦ ਹੈ ਜੀ ਕੁਛ ਮਹੱਤਵਪੂਰਨ ਨਾਟਕ ਬਲਵੰਤ ਗਾਰਗੀ ਦੇ, ਜਿਨ੍ਹਾਂ ਦੇ ਵਿੱਚ ਪਹਿਲਾ
ਲੋਹਾ ਕੁੱਟ ਆਲਰੇਡੀ ਪੜ੍ਹ ਕੇ ਆਇਆ, ਸ਼ੈਲ ਪੱਥਰ ਇਹ ਵੀ ਜੀ, ਬਿਸਵੇਦਾਰ, ਕੇਸਰੋ, ਨਵਾਂ ਮੁੱਢ, ਘੁੱਗੀ, ਸਾਰੇ ਹੀ ਬਹੁਤ ਹੀ ਮਹੱਤਵਪੂਰਨ ਨਾਟਕ ਨੇ। ਸੋਹਣੀ ਮਹੀਵਾਲ, ਕਣਕ ਦੀ ਬੱਲੀ, ਧੂਣੀ ਦੀ ਅੱਗ ਬਹੁਤ ਮਹੱਤਵਪੂਰਨ, ਗਗਨ ਮਹਿਥਾਲ ਬਹੁਤ ਜ਼ਿਆਦਾ ਮਹੱਤਵਪੂਰਨ, ਸੁਲਤਾਨ ਰਜੀਆ ਇਹ ਵੀ, ਪਲਦੇ ਟਿੱਬੇ, ਦੁੱਧ ਦੀਆਂ ਧਾਰਾਂ, ਪੱਤਣ ਦੀ ਬੇੜੀ, ਮਿਰਜ਼ਾ ਸਾਹਿਬਾ, ਵਿਸਾਰਕਾ, ਵਿਸਾਰਕਾ ਜ਼ਰੂਰ ਯਾਦ ਰੱਖਿਓ। ਇਕਾਂਗੀ ਸੰਗ੍ਰਹਿ ਦੇ ਵਿੱਚ ਕੁਆਰੀ ਟੀ ਸੀ, ਦੋ ਪਾਸੇ, ਪੱਤਣ ਦੀ ਬੇੜੀ, ਦਸਵੰਧ, ਦੁੱਧ ਦੀਆਂ ਧਾਰਾਂ, ਚਾਕੂ, ਪੈਂਤੜੇ ਬਾਜ, ਇਹ ਸਾਰੇ ਹੈ ਜੀ ਇਹਨਾਂ ਦੇ। ਹਾਂਜੀ, ਇਕਾਂਗੀ ਸੰਗ੍ਰਹਿ, ਕਹਾਣੀ ਸੰਗ੍ਰਹਿ ਆ ਗਏ ਜੀ ਅੱਗੇ, ਜਿਨ੍ਹਾਂ ਦੇ ਵਿੱਚ ਮਿਰਚਾਂ ਵਾਲਾ ਸਾਧ, ਡੁੱਲੇ ਬੇਰ, ਕਾਲਾ ਅੰਬ ਪ੍ਰਮੁੱਖ ਨੇ। ਰੇਖਾ ਚਿੱਤਰ ਹੈ ਜੀ ਅੱਗੇ, ਜਿਨ੍ਹਾਂ ਦੇ ਵਿੱਚ ਪੰਜ ਰੇਖਾ ਚਿੱਤਰ ਲਿਖੇ ਨੇ, ਨਿੰਮ ਦੇ ਪੱਤੇ, ਸੁਰਮੇ ਵਾਲੀ ਅੱਖ, ਕੌਡੀਆਂ ਵਾਲਾ ਸੱਪ, ਹੁਸੀਨ ਚਿਹਰੇ, ਸ਼ਰਬਤ ਦੀਆਂ ਘੁੱਟਾਂ, ਸਾਰੇ ਯਾਦ ਕਰ ਲਓ ਕਿ ਇਹ ਪੰਜ ਜਿਹੜੇ ਰੇਖਾ ਚਿੱਤਰ ਨੇ ਉਹ ਬਲਵੰਤ ਗਾਰਗੀ ਨੇ, ਪੁੱਛਿਆ ਜਾਵੇਗਾ ਕੋਈ ਨਾ ਕੋਈ ਜ਼ਰੂਰ ਕਿ ਕੌਡੀਆਂ ਵਾਲਾ ਸੱਪ ਕਿਸ ਦੀ ਰਚਨਾ ਹੈ, ਹੁਸੀਨ ਚਿਹਰੇ ਕਿਸ ਦਾ ਰੇਖਾ ਚਿੱਤਰ ਹੈ, ਸ਼ਰਬਤ ਦੀਆਂ ਘੁੱਟਾਂ ਕਿਸ ਦਾ ਰੇਖਾ ਚਿੱਤਰ ਹੈ। ਠੀਕ ਹੈ ਜੀ, ਇੱਦਾਂ ਕੁਸ਼ਚਨ ਬਣਦੇ ਆ ਜੀ। ਵਾਰਤਕ ਰਚਨਾ ਇਹਨਾਂ ਦੀ, ਪੰਜਾਬ ਦੇ ਕਲਾਕਾਰ ਹੈ ਜੀ, ਯਾਦ ਰੱਖਿਓ। ਕਾਕਾ ਰੇਤਾ ਨਾਵਲ ਹੈ ਜੀ, ਨੰਗੀ ਧੁੱਪ ਸਵੈ ਜੀਵਨੀ, ਕਾਸ਼ਨੀ ਵਿਹੜਾ ਇੱਕ ਹੈ ਜੀ, ਇਸਦਾ ਸੰਬੰਧ ਵੀ ਸਵੈ ਜੀਵਨੀ ਨਾਲ ਜੁੜਿਆ ਜਾਂਦਾ। ਖੋਜ ਪੁਸਤਕਾਂ ਦੇ ਵਿੱਚ ਲੋਕ ਨਾਟਕ ਅਤੇ ਰੰਗਮੰਚ ਜੀ, ਰੰਗਮੰਚ ਦੇ ਲਈ ਇਹਨਾਂ ਨੂੰ ਮਿਲਿਆ ਸਾਹਿਤ ਅਕਾਦਮੀ ਅਵਾਰਡ। ਸੋ ਅੱਜ ਦੀ ਕਲਾਸ ਹੁੰਦੀ ਜੀ ਇੱਥੇ ਸਮਾਪਤ, ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ ਤਾਂ ਕਿ ਮੋਟੀਵੇਸ਼ਨ ਮਿਲਦਾ ਰਹੇ ਅਤੇ ਤੁਹਾਨੂੰ ਮਿਲਦੇ ਰਹਿਣ ਨੋਟੀਫਿਕੇਸ਼ਨਸ। ਥੈਂਕ ਯੂ ਸੋ ਮਚ, ਸਭ ਦਾ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਕਲਾਸਾਂ ਇੱਦਾਂ ਦੀਆਂ ਮਿਲਦੀਆਂ ਰਹਿਣ।